ਆਦਰ ਸਿਮਰੀਏ ਹਾਂ ਸਿਮਰੀਏ ਘਰ ਨੌਂਦ ਆਵੇ ਤਾਏ ਸਤਿਕਾਰਯੋਗ ਗੁਰੂ ਕੇ ਸਾਜੇ ਤੇ ਨਵਾਜੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਅਤਿ ਸਤਿਕਾਰਯੋਗ ਸਤਿਗੁਰੂ ਜੀ ਤੋਂ ਜਿੰਦ ਜਾਨ ਘਮਾਉਣ ਵਾਲੇ ਸਤ ਸੰਗੀਓ ਆਓ ਜਿਨ੍ਹਾਂ ਦੇ ਪ੍ਰੇਮ ਵਿੱਚ ਬੈਠੇ ਹੋ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਉਹਨਾਂ ਕਦੇ ਵੀ ਨਹੀਂ ਮਰਨਾ ਉਹ ਅਮਰ ਨੇ ਸੰਗਤ ਜੀ ਮੇਰੇ ਸਤਿਗੁਰੂ ਜੀ ਨੇ ਹੁਕਮ ਕੀਤਾ ਸਾਨੂੰ ਸਭ ਨੂੰ ਖਾਲਸਾ ਜੀ ਇੱਕ ਦੂਜੇ ਨੂੰ ਮਿਲਦੇ ਹੋ ਦੀਵਾਨ ਵਿੱਚ ਹਾਜ਼ਰੀ ਭਰਦੇ ਹੋ ਜਦੋਂ ਵੀ ਆਰੰਭਤਾ ਕਰੋ ਪਹਿਲਾਂ ਗਰਜ ਕੇ ਫਤਿਹ ਗਜਾਇਓ ਤੇ ਮੈਂ ਬੇਨਤੀ ਕਰਨ ਲੱਗਾ ਇਹ ਫਤਿਹ ਸਾਨੂੰ ਨਾ ਗਜਾਇਓ ਜੇ ਪਿਆਰ ਕਰਦੇ ਹੋ ਆਓ ਗਜਾਓ ਫਤਿਹ ਉਹਨਾਂ ਸੱਚੀਆਂ ਸਰਕਾਰਾਂ ਨੂੰ ਜਿਨ੍ਹਾਂ ਨੇ ਉਹ ਸ਼ਾਹਾਂ ਨੂੰ ਸਦਾ ਵਾਸਤੇ ਅਮਰ ਕਰ ਦਿੱਤਾ ਸਤਿਗੁਰੂ ਜੋ ਚਾਹੇ ਕਰ ਸਕਦਾ ਸੰਗਤ ਜੀ ਜਿਹਨੂੰ ਮਾਣ ਦੇਣਾ ਜਿਸ ਨੂੰ ਨਵਾਜਣਾ ਉਸ ਨੂੰ ਹੀ ਦਾਤਾਂ ਦੇ ਕੇ ਨਵਾਜ਼ ਦਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਵੇਂ ਥੋੜ੍ਹੀ ਲਿਖਿਆ ਰੋਜ਼ ਅਰਦਾਸ ਕਰਦੇ ਹੋ ਇਹ ਪਾਵਨ ਪਵਿੱਤਰ ਗੁਰਬਾਣੀ ਹੈ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਅਗਾਂਹ ਕੀ ਪੜ੍ਹਦੇ ਹੋ ਜੀ ਤੇਗ ਬਹਾਦਰ ਸਿਮਰੀਏ ਤੇ ਘਰ ਨੌਂ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਇਹ ਕਿਤੇ ਪੜ੍ਹਨ ਵਾਸਤੇ ਥੋੜ੍ਹੀ ਹੈ ਯਾਦ ਕਰਕੇ ਵੇਖੋ ਬਾਬੇ ਮੱਖਣ ਸ਼ਾਹ ਜੀ ਨੇ ਯਾਦ ਕੀਤਾ ਆਏ ਨਹੀਂ ਭੋਰੇ ਵਿੱਚ ਬੈਠੇ ਨੇ ਔਰ ਕਿਉਂ ਹੋਇਆ ਸਾਨੂੰ ਕੋਈ ਪ੍ਰਗਟ ਨਾ ਕਰੇ ਜਿਹੜਾ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਵੇਖੋ ਗੁਪਤ ਆਨੰਦ ਲੈ ਰਹੇ ਔਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਸੱਤ ਨਹੀਂ 26 ਸਾਲ 9 ਮਹੀਨੇ 13 ਦਿਨ ਉਹ ਭੋਰੇ ਦੇ ਵਿੱਚ ਬੈਠੇ ਰਹੇ ਤਪੱਸਿਆ ਨਾਮ ਦੇ ਵਿੱਚ ਬੜੀ ਵੱਡੀ ਪਾਵਰ ਜੇ ਬਾਬਾ ਮੱਖਣ ਸ਼ਾਹ ਜੀ ਕੋਈ ਪੁੱਛਣ ਲੱਗਾ ਮੱਖਣ ਸ਼ਾਹ ਜੀ ਲਬਾਣਾ ਸ਼ਬਦ ਵਿਚਾਰ ਹੋ ਰਿਹਾ ਮੈਂ ਵੀ ਦਿਆਂ ਲਬਾਣਾ ਹੈ ਕੌਣ ਲਬਾਣੇ ਦੇ ਅਰਥ ਕੀ ਨੇ ਲਬਾਣਾ ਕਹਿੰਦੇ ਕਿਸ ਨੂੰ ਨੇ ਬਾਬਾ ਮੱਖਣ ਸ਼ਾਹ ਜੀ ਲਬਾਣਾ
ਬਾਬਾ ਜੀ ਆਪ ਜੀ ਸੱਚਮੁੱਚ ਡੁੱਬ ਚੱਲੇ ਸੀ? ਬਾਬਾ ਮੱਖਣ ਸ਼ਾਹ ਜੀ ਕਹਿੰਦੇ ਸੱਚ। ਆ ਸੂਰਤ ਗੁਜਰਾਤ ਵਿੱਚ ਜਿਹੜੀ ਬੰਦਰਗਾਹ ਉਹਦੇ ਨਜ਼ਦੀਕ ਹੀ ਸੀ, ਬੇੜਾ ਫਸ ਗਿਆ ਔਰ ਮੈਂ ਸੱਚਮੁੱਚ ਡੁੱਬ ਚੱਲਿਆ ਸੀ। ਬਾਬਾ ਜੀ ਸਤਿਗੁਰੂ ਜੀ ਨੇ ਡੁੱਬਣ ਨਹੀਂ ਦਿੱਤਾ ਨਾ? ਕਹਿਣ ਲੱਗੇ ਨਹੀਂ ਡੁੱਬਣ ਦਿੱਤਾ। ਸੰਗਤ ਜੀ ਸੱਚ ਜੇ, ਪਰ ਬਾਬਾ ਮੱਖਣ ਸ਼ਾਹ ਜੀ ਉਹ ਜਿਹੜੀ ਸਾਖੀ ਹੈ ਬੜੀ ਵਾਰੀ ਸੁਣਦੇ ਹਾਂ, ਪਰ ਉਸ ਦੇ ਪਿੱਛੇ ਜੋ ਆਨੰਦ ਹੈ ਉਹਨੂੰ ਕੋਈ ਬਿਰਲਾ ਮਾਣਦਾ ਹੋਵੇਗਾ। ਉਹ ਆਨੰਦ ਕਿਹੜਾ? ਸੱਚਾਈ ਜੇ ਜਹਾਜ਼ ਸੀ ਬਾਬਾ ਜੀ ਦਾ, ਜਿਵੇਂ ਪਹਿਲਾਂ ਬੁਲਾਰੇ ਦੱਸਿਆ ਹੋਵੇਗਾ, ਬਹੁਤ ਧਨਾੜ ਸਨ, ਬਹੁਤ ਜਾਇਦਾਦ, ਮੁਗਲਾਂ ਦੀ ਹਕੂਮਤ ਵਿੱਚ ਐਨ ਤੂਤੀ ਬੋਲਦੀ ਸੀ, ਵੱਡੇ ਬਿਜ਼ਨਸਮੈਨ ਵਪਾਰੀ, ਹਜ਼ਾਰਾਂ ਬੈਲ, ਕਿਉਂਕਿ ਗੱਡਿਆਂ 'ਤੇ ਬਿਜ਼ਨਸ ਹੁੰਦਾ ਸੀ, ਉਹ ਬੈਲ ਉਹ ਉਹਨਾਂ ਦੇ, ਉਹ ਜ਼ਿਕਰ ਕਰਾਂਗੇ ਸਭ ਕੁਝ। ਪਰ ਸੰਗਤ ਜੀ ਜਹਾਜ਼ ਜਿਨ੍ਹਾਂ ਦੇ ਚਰਨਾਂ ਵਿੱਚ ਬੈਠੇ ਹੋ ਸਭ ਤੋਂ ਵੱਡੇ ਉਹ ਨੇ ਗੁਰੂ ਗ੍ਰੰਥ ਸਾਹਿਬ ਜੀ, ਪੜ੍ਹਦੇ ਰੋਜ਼ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਤੇ ਮਹਾਰਾਜ ਕੀ ਕਹਿੰਦੇ ਚੜ੍ਹੇ ਸੋਤਰੇ ਪਾਰ, ਉਹ ਪਾਰ ਜਾਵੇਗਾ। ਸੱਚਾਈ ਜੇ ਬਾਬਾ ਮੱਖਣ ਸ਼ਾਹ ਜੀ ਆਪਣੀ ਓਏ ਆਪਣੇ ਬੇੜੇ ਜਹਾਜ਼ ਤੇ ਅਸਵਾਰ ਨਹੀਂ ਸਨ, ਜਪ ਜੀ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ, ਉਸ ਜਹਾਜ਼ ਤੇ ਜਦੋਂ ਅਸਵਾਰ ਹੋਏ ਤਦੇ ਭਵ ਸਾਗਰ ਤੋਂ ਪਾਰ ਹੋਏ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋ, ਆਓ ਲੰਬਾ ਚੌੜਾ ਸਮਾਂ ਨਾ ਲਵਾਂ, ਜੋ ਆਪ ਜੀ ਲਈ ਨਵਾਂ ਨਕੋਰ ਇਤਿਹਾਸ, ਪਹਿਲੀ ਵਾਰ, ਬੇਸ਼ੱਕ ਬੜੀ ਵਾਰੀ ਬੋਲਦੇ ਰਹੇ ਪ੍ਰਸੰਗ, ਪਰ ਅੱਜ ਪਹਿਲੀ ਵਾਰ ਤੁਹਾਡੇ ਚਰਨਾਂ ਵਿੱਚ ਬਿਨੈ ਕਰਨ ਲੱਗੇ ਹਾਂ। ਖਾਲਸਾ ਜੀ ਜਿਨ੍ਹਾਂ ਦੇ ਪ੍ਰੇਮ ਵਿੱਚ ਬੈਠੇ ਹੋ, ਉਹ ਆਹ ਜਿਹੜਾ ਪਾਵਨ ਪਵਿੱਤਰ ਇਹ ਅਸਥਾਨ ਰਕਾਬਗੰਜ ਸਾਹਿਬ, ਐਵੇਂ ਨਹੀਂ ਉਸਰਿਆ, ਰਕਾਬਗੰਜ ਸਾਹਿਬ ਦੀ ਚਾਰ ਦੀਵਾਰੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਢਾਉਣ ਦੇ ਯਤਨ ਕੀਤੇ, ਸਮੇਂ ਸਮੇਂ ਜਿਹਦਾ ਹੱਥ ਪਿਆ ਇੱਥੇ ਆਸ ਪਾਸ ਬਣੇ ਅਦਾਰੇ ਉਹਨਾਂ ਨੂੰ ਹੜੱਪਣ ਦਾ ਯਤਨ ਕੀਤਾ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ਹੀਦਾਂ ਦੇ ਜਿਹੜੇ ਪ੍ਰਤੱਖ ਪੈ ਰਹੇ ਨੇ ਉਹ ਉਦੋਂ ਤੋਂ ਵੀ ਅੱਜ ਵੀ ਨੇ। ਅੰਗਰੇਜ਼ਾਂ ਨੇ ਕੰਧ ਢਾਈ, ਅੰਗਰੇਜ਼ਾਂ ਦਾ ਰਾਜ, ਸੂਰਜ ਡੁੱਬਦਾ ਕੋਈ ਨਹੀਂ, ਪਰ ਖਾਲਸਾ ਜੀ ਉਹ ਤੁਸੀਂ ਉਹਨਾਂ ਦੀ ਔਲਾਦ ਬੈਠੇ ਹੋ ਜਿਨ੍ਹਾਂ ਨੇ ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਤੇ ਉਹਨਾਂ ਨੂੰ ਉੱਥੇ ਹੀ ਕੰਧ ਬਣਾਉਣੀ ਪਈ ਸੀ। ਇਹ ਉਹ ਸਥਾਨ ਜਦੋਂ ਪੰਜਾਬ ਵਿੱਚ ਮੋਰਚਾ ਲਾਇਆ ਅਕਾਲੀ ਦਲ ਨੇ, ਬਾਬਾ ਹਰਚੰਦ ਸਿੰਘ ਲੌਂਗੋਵਾਲ 20ਵੀਂ ਸਦੀ ਦੇ ਮਹਾਨ ਮਰਦ, ਕਹਿਣੀ ਕਰਨੀ ਦੇ ਪੂਰੇ, ਸੰਤ ਬਾਬਾ ਜਰਨੈਲ ਸਿੰਘ ਜੀ, ਖਾਲਸਾ ਜੀ ਭਿੰਡਰਾਂ ਵਾਲੇ, ਖਾਲਸਾ ਜੀ ਧਰਮ ਯੁੱਧ ਮੋਰਚਾ ਚੱਲਦਾ ਤੇ ਸਿੰਘ ਸ਼ਹੀਦ ਕਰ ਦਿੱਤੇ ਟ੍ਰੇਨ ਦੇ ਮੋਹਰੇ ਕਰਕੇ, ਬੱਸਾਂ ਮੋਹਰੇ ਕੀਤੀਆਂ, ਤਰਨ ਤਾਰਨ ਸਾਹਿਬ ਫਾਟਕ ਨਹੀਂ ਲਾਇਆ, ਉਹਨਾਂ ਦੀਆਂ ਅਸਥੀਆਂ ਲੈ ਕੇ ਇੱਥੇ ਆਉਣ ਦਾ ਪ੍ਰੋਗਰਾਮ ਬਣਾ ਲਿਆ ਪੰਥ ਨੇ। ਸਰਦਾਰ ਤਰਲੋਚਨ ਸਿੰਘ ਜੀ ਕਦੇ ਪੁੱਛਿਓ ਉਹਨਾਂ ਤੋਂ, ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਮੋਹਰੀ ਨੇ, ਉਹਨਾਂ ਨੇ ਬੇਨਤੀ ਭੇਜੀ, ਸੰਤ ਜੀ ਤੁਸੀਂ ਨਾ ਆਇਓ, ਕਿਉਂਕਿ ਸਮੇਂ ਦੀ ਸਰਕਾਰ CRP ਨੂੰ ਕਹਿ ਚੁੱਕੀ ਹੈ ਕਿ ਭਿੰਡਰਾਂ ਵਾਲਿਆਂ ਦੇ ਇੱਥੇ ਗੋਲੀਆਂ ਵੱਜਣੀਆਂ ਚਾਹੀਦੀਆਂ, ਇੱਥੋਂ ਜਿਉਂਦੇ ਨਹੀਂ ਜਾਣੇ ਚਾਹੀਦਾ। ਪੰਥ ਨੇ ਗੁਰਮਤਾ ਕਿਹਾ, ਡਰਨੇ ਮਰਨੋਂ ਨਹੀਂ ਸੀ ਡਰਦੇ, ਪਰ ਪੰਥ ਨੇ ਕਿਹਾ ਸੰਤ ਜੀ ਤੁਸੀਂ ਨਹੀਂ ਜਾਣਾ। ਪਰ ਉਸ ਸੰਤ ਦੀ ਜਗ੍ਹਾ ਇੱਕ ਸੰਤ ਆਇਆ, ਉਹ ਵੀ ਇੱਥੇ ਹੀ ਸ਼ਹੀਦ ਹੋਇਆ। ਉਹ ਕੌਣ ਹੈ ਸੰਤ? ਉਹ ਸੰਤ ਦਾ ਨਾਮ ਕੀ ਹੈ? ਬਹੁਤ ਥੋੜ੍ਹਿਆਂ ਨੂੰ ਪਤਾ ਹੋਵੇਗਾ। ਸੰਗਤ ਜੀ ਸ਼ਹੀਦਾਂ ਦੀ ਮੁਹੱਬਤ ਵਿੱਚ ਗੁਰਸਿੱਖ ਤੁਰੇ ਜਾਂਦੇ ਨੇ, CRP ਫੌਜ ਗੋਲੀਆਂ ਭਰਾ ਰਹੀ ਹੈ, ਰੈੱਡ ਕਰਾਸ ਦੀ ਇੱਕ ਬੀਬੀ CRP ਵਾਲੇ ਨੇ ਉਹਦੇ ਵੱਲ ਬੰਦੂਕ ਤਾਣ ਲਈ। ਸੰਤ ਬਾਬਾ ਜੰਗ ਸਿੰਘ ਜੀ ਨਾਨਕਸਰ ਬਾਈਪਾਸ 'ਤੇ ਸਥਾਨ ਹੈ ਉਹਨਾਂ ਦਾ, ਨਾਨਕਸਰ ਸੰਪਰਦਾ 'ਚੋਂ ਸਿਰਮੌਰ ਸ਼ਹੀਦ ਬਾਬਾ ਜੰਗ ਸਿੰਘ ਜੀ ਅੱਗੇ ਹੋਏ, ਅੱਗੇ ਹੋ ਕੇ ਕੱਜਿਆ ਉਹ ਸੰਤ ਸਿਪਾਹੀ ਬਣ ਕੇ, ਕਹਿਣ ਲੱਗਾ ਦੁਸ਼ਟੋ ਬੇਗੁਨਾਹਾਂ ਦੇ ਗੋਲੀਆਂ ਕਿਉਂ ਮਾਰਦੇ ਹੋਏ?
ਉਹ ਜ਼ਾਲਮੋ ਜੇ ਤੁਹਾਨੂੰ ਖੂਨ ਦੀ ਲੋੜ ਹੈ ਇਸ ਤਰ੍ਹਾਂ ਜ਼ੋਰ ਦੇ ਨਾਲ ਆਪਣੇ ਚੋਲੇ ਦੇ ਬਟਨ ਖਿੱਚ ਕੇ ਚੋਲਾ ਪਾੜ ਸੁੱਟਿਆ ਆ ਮਰਦ ਦੀ ਹਿੱਕ ਵਿੱਚ ਗੋਲੀਆਂ ਮਾਰੋ ਬੀਬੀਆਂ ਦੇ ਗੋਲੀਆਂ ਨਾ ਮਾਰੋ ਉਹ ਬਾਬਾ ਜੰਗ ਸਿੰਘ ਇੱਥੇ ਸ਼ਹੀਦ ਹੋਇਆ ਸੰਗਤ ਜੀ ਇੱਕ ਥੋੜ੍ਹੀ ਇੱਥੇ ਚਾਰ ਚੁਫੇਰੇ ਕਿਉਂਕਿ ਸ਼ਹੀਦਾਂ ਦੇ ਮਹਾਨ ਸਿਰਮੌਰ ਪਾਤਸ਼ਾਹ ਉਸਤਾਦੇ ਅਦੀਬਾਂ ਸਿਰਤਾਜੇ ਸ਼ਹੀਦਾਂ ਧੰਨ ਗੁਰੂ ਅਰਜਨ ਸਾਹਿਬ ਗੱਲਾਂ ਹੈ ਹੀ ਬਾਬਿਆਂ ਪੋਤਿਆਂ ਦੀਆਂ ਬਾਬੇ ਪੋਤੇ ਦੀ ਦਾਸਤਾਨ ਬਾਬਾ ਤਤੀਆਂ ਤਵੀਆਂ 'ਤੇ ਬੈਠਾ ਰਿੱਝ ਦੀਆਂ ਦੇਗਾਂ 'ਚ ਉਬਲਿਆ ਮਹਾਨ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਔਰ ਫਿਰ ਪੋਤਾ ਇਹ ਦਿੱਲੀ ਨੂੰ ਬਚਾਉਣ ਲਈ ਤਿਲਕ ਜੰਝੂ ਨੂੰ ਬਚਾਉਣ ਲਈ ਸੱਚਾਈ ਹੈ ਸੰਗਤ ਜੀ ਯੇ ਤਿਲਕ ਔਰ ਜੰਝੂ ਕਾਇਮ ਹੈ ਇੱਕ ਰਹਿਮ ਤੇ ਕਾਦਰ ਕਾ ਸਦਕਾ ਯੇ ਪਤ ਔਰ ਪਰਦੇ ਕਾਇਮ ਹੈ ਇੱਕ ਧਰਮ ਕੀ ਚਾਦਰ ਕਾ ਸਦਕਾ ਕੋਈ ਮਾਨੇ ਜਾਂ ਨਾ ਮਾਨੇ ਆ ਦਿੱਲੀ ਅਬ ਤੱਕ ਬੋਲ ਰਹੀ ਮੰਦਰਾਂ ਕੇ ਝੰਡੇ ਝੂਲ ਰਹੇ ਗੁਰੂ ਤੇਗ ਬਹਾਦਰ ਕਾ ਸਦਕਾ ਮੰਦਰਾਂ ਵਿੱਚ ਝੂਲ ਦੇ ਨਿਸ਼ਾਨ ਮਤਾ ਭੁਲੇਖਾ ਖਾਨ ਵੀਰ ਉਹ ਵੀਰੋ ਇਹ ਤੇ ਰੋਜ਼ ਸਭਾ ਮਨ ਜਨੇਊ ਲਾਉਂਦਾ ਸੀ ਔਰੰਗਜ਼ੇਬ ਗਊ ਹਲਾਲ ਕਰਦਾ ਉਹਦਾ ਮਾਸ ਖਿੱਚ ਕੇ ਉਹਦੀ ਮਛਕ ਬਣਾ ਕੇ ਹਿੰਦੂ ਪਰਿਵਾਰਾਂ ਦੇ ਘਰਾਂ ਵਿੱਚ ਪਾਣੀ ਘੱਲਦਾ ਸੀ ਕਿਹਨੇ ਰੋਕਿਆ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈਸਾ ਕਾ ਉਹ ਕਲ ਯੁੱਗ ਦੇ ਅੰਦਰ ਮਹਾਨ ਕੁਰਬਾਨੀ ਏਡੀ ਵੱਡੀ ਕੁਰਬਾਨੀ ਐਸਾ ਦੁਨੀਆਂ ਤੇ ਕੋਈ ਨਹੀਂ ਆਓ ਫਿਰ ਸਤਿਗੁਰੂ ਦੀ ਕਿਰਪਾ ਉਹਨਾਂ ਦੇ ਪਿਆਰਿਆਂ ਦੀ ਖੁਸ਼ੀ ਇੰਨੀ ਕੁ ਗਰਜਵੀਂ ਆਵਾਜ਼ 'ਚ ਆਪਾਂ ਖੁਸ਼ਾ ਲੈਣਾ ਵੈਸੇ ਵੀ ਖਾਲਸਾ ਜੀ ਸਮਾਂ ਬਿਲਕੁਲ ਸਿੰਘਾਂ ਵਾਲਾ ਹੁਣ ਹੋਇਆ ਕਹਿੰਦੇ ਨਾ ਵੀ 12 ਵੱਜ ਗਏ ਸਾਡੇ ਨਹੀਂ ਸੀ ਵੱਜੇ ਅਸੀਂ ਬਹੁਤ ਕਿਹਦੇ ਨਹੀਂ ਵਜਾਏ ਉਹ ਪੁੱਛੋ ਤੇ ਸਹੀ ਔਰ 12 ਕਿਉਂ ਵੱਜੇ ਆ ਦਿੱਲੀ ਧੀਆਂ ਭੈਣਾਂ ਬਹੂ ਬੇਟੀਆਂ ਭੇਡਾਂ ਬੱਕਰੀਆਂ ਵਾਂਗੂ ਨੂੜ ਕੇ ਤੋਰੀਆਂ ਹੋਈਆਂ ਸਨ ਕੋਈ ਨਾ ਆਇਆ ਅੱਗੇ ਕਿਸੇ ਰਾਠ ਕਿਸੇ ਰਾਜਪੂਤ ਦੀ ਅਣਖ ਨਾ ਜਾਗੀ ਕਿਸੇ ਨਾ ਡੱਕਿਆ ਫਿਰ ਡੱਕਣ ਵਾਲੇ ਕੌਣ ਗੱਜੇ ਕੌਣ ਗੱਜੇ ਜੀ ਉਹਨਾਂ ਦੇ ਵੀ ਦਰਸ਼ਨ ਕਰੋ ਗੱਜਿਆ ਬਾਬਾ ਦੀਪ ਸਿੰਘ ਸ਼ਹੀਦ ਆ ਗੱਜਿਆ ਬਾਬਾ ਜੱਸਾ ਸਿੰਘ ਬੁੱਢੇ ਦਲ ਦਾ ਚੌਥਾ ਜਥੇਦਾਰ ਮੁਖੀ ਗੱਜਿਆ ਰਾਮਗੜੀਆ ਜੱਸਾ ਸਿੰਘ ਗੱਜ ਕੇ ਜੜਾਂ ਹਲਾਤੀਆਂ ਤੇ ਸਿੰਘ ਜੇ ਤੇ ਉਹ ਉਹਨਾਂ ਦੇ ਵਾਰਸ ਫਿਰ ਤੇ ਗੱਜੀ ਗਏ ਤੇ ਜੇ ਜਿਵੇਂ ਹਿੱਤ ਸਾਹਿਬ ਵੀ ਕਹਿ ਕੇ ਗਏ ਆ ਤੇ ਹੌਲੀ ਹੌਲੀ ਕੰਮ ਢਿੱਲਾ ਮੱਠਾ ਹੁੰਦਾ ਜਾਂਦਾ ਉਹ ਸੱਪ ਵਾਲੀ ਗੱਲ ਚੇਤੇ ਰੱਖਿਓ ਸੱਪ ਡੰਗ ਮਾਰਦਾ ਸੀ ਲੋਕਾਂ ਦੇ ਤੇ ਕਿਸੇ ਭਲੇ ਨੇ ਆਖਿਆ ਉਹ ਡੰਗ ਨਾ ਮਾਰਿਆ ਕਰ ਤੇ ਲੋਕਾਂ ਨੇ ਕੀ ਵੇਖਿਆ ਇਹ ਤਾਂ ਡੰਗ ਦਾ ਹੀ ਨਹੀਂ ਉਹ ਸੱਪ ਦੇ ਕਿਤੇ ਡਾਂਗ ਕਿਤੇ ਸੋਟਾ ਕਿਤੇ ਬੱਟਾ ਤੇ ਕਈਆਂ ਨੇ ਇੱਥੋਂ ਤਾਂ ਹੀ ਰੱਸੀ ਸ਼ੋਭਨਾ ਲੱਭਣਾ ਤਾਂ ਉਹਦੇ ਵਿੱਚ ਹੀ ਬੰਨ ਕੇ ਕੁਝ ਨਾ ਕੁਝ ਲੈ ਆਉਣਾ ਏਡੀ ਮੰਦੀ ਹਾਲਤ ਹੋ ਗਈ ਇੱਕ ਦਿਨ ਉਹੀ ਲੰਘਣ ਲੱਗਾ ਕੋਈ ਸਾਧੂ ਕਹਿ ਲਓ ਕਹਿਣ ਲੱਗਾ ਤੇਰਾ ਹਾਲ ਕਿਹਨੇ ਕੀਤਾ ਆਂਦਾ ਤੁਹਾਡੀ ਕਿਰਪਾ ਹੋ ਗਈ ਆ ਬਾਬਾ ਤਈ ਕਿਹਾ ਸੀ ਡੰਗ ਨਾ ਮਾਰੀ ਕਿਸੇ ਨੂੰ ਆਂਦੇ ਕਮਲਾ ਹੀ ਨਿਕਲਿਓ ਉਹ ਤੈਨੂੰ ਕਿਹਾ ਸੀ ਡੰਗ ਨਾ ਮਾਰੀ ਇਹ ਥੋੜ੍ਹੀ ਕਿਹਾ ਸੀ ਫਰਾਟਾ ਮਾਰਨੋਂ ਵੀ ਹਟ ਜਾਈ ਡੰਗ ਦੀ ਕੋਈ ਗੱਲ ਨਹੀਂ ਸਿੰਘ ਜੇ ਹਟ ਗਏ ਨਾ ਗੱਜੜੋਂ ਤੇ ਘਰਾਂ ਦੇ ਵਿੱਚ ਵੜ ਕੇ ਇਹ ਜ਼ਾਲਮ ਸਾਡੇ ਉੱਤੇ ਵਾਰ ਕਰਨਗੇ ਤੇ ਜੇ ਗੱਜਦੇ ਰਹੇ ਨਾ ਜਿਹੜੇ ਗਰਜਦੇ ਆਂਦੇ ਉਹ ਵਰਸਦੇ ਨਹੀਂ ਅਸੀਂ ਉਹਨਾਂ ਵਿੱਚੋਂ ਨਹੀਂ ਹੋਏ ਵਰਸੇ ਹਾਂ ਅੱਜ ਤਾਈ ਵਰਸੇ ਹਾਂ ਲੋਕੀ ਕਹਿੰਦੇ ਪੁਰਾਣੇ ਸਿੰਘ ਹੋਰ ਤੇ ਅੱਜ ਦੇ ਹੋਰ ਕੀ ਕਰਾਉਣਾ ਅੱਜ ਦਿਆਂ ਤੋਂ ਕਿਹੜਾ ਉੱਚੇ ਤੋਂ ਉੱਚੇ ਰੁਤਬੇ ਵਾਲਾ ਜਿਹੜਾ ਗੱਡੀ ਨਹੀਂ ਚਾੜਿਆ ਕੀ ਕਰਵਾਉਣਾ ਅੱਜ ਦਿਆਂ ਤੋਂ ਸਿਰ ਤਲੀ ਤੇ ਧਰ ਕੇ ਅੱਜ ਵੀ ਜੂਝਣ ਵਾਲੇ ਨੇ ਅੱਜ ਵੀ ਚਾਰੇ ਪਾਸੇ ਸੈਂਸਰਾਂ ਦੇ ਵਿੱਚ ਰੱਖੇ ਹੋਏ ਮੜਦੇ ਹਿੱਲਦੇ ਵੀ ਨੇ ਤੇ ਉਸ ਵੇਲੇ ਤਰਾਹ ਨਿਕਲ ਜਾਂਦਾ ਵੱਡੀਆਂ ਹਕੂਮਤਾਂ ਦਾ ਬੱਬਰ ਸ਼ੇਰਾਂ ਦੀ ਕੌਮ ਹੈ ਸਿੱਖ ਕੌਮ ਇਹ ਮਰਦਾਂ ਦੀ ਕੌਮ ਹੈ ਤੇ ਯਾਦ ਰੱਖਿਓ ਕਿਹੜੀਆਂ ਕੌਮਾਂ ਸ਼ਹੀਦਾਂ ਨੂੰ ਮਰੀਦਾਂ ਨੂੰ ਪਿਆਰਿਆਂ ਨੂੰ ਸੱਚਿਆਰਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਕੱਖਾਂ ਵਾਂਗੂ ਰੁੱਲ ਜਾਂਦੀਆਂ ਨੇ ਆਓ ਖਾਲਸਾ ਜੀ ਉਹਨਾਂ ਸਾਰਿਆਂ ਨੂੰ ਯਾਦ ਕਰੋ ਤੇ ਗੂੰਜ ਪਾਓ ਇੱਕ ਵਾਰੀ ਕਿਉਂਕਿ ਬੱਬਰ ਸ਼ੇਰ ਗੱਜਦੇ ਹੁੰਦੇ ਆ ਤੇ ਸਿੰਘ ਨਾਮ ਹੀ ਬੱਬਰ ਸ਼ੇਰ ਦਾ ਬੈਠੋ ਸੱਜ ਕੇ ਬੋਲੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਮਜ਼ਬੂਨ ਤੇ ਸਿੱਧਾ ਵਾ। ਦੋ ਸ਼ਾਹਾਂ ਦਾ ਜ਼ਿਕਰ ਨੌਵੇਂ ਮਹਾਰਾਜ ਜੀ ਦੇ ਪ੍ਰੇਮ ਵਿੱਚ ਹਰ ਇੱਕ ਨੇ ਕੀਤਾ ਹੋਵੇਗਾ। ਔਰ ਆਖਦਾ ਨਾ ਨਰਾਇਣ ਸਿੰਘ ਦਰਦੀ, ਜਿਹਨੂੰ ਇੱਕ ਕਵਿਤਾ ਸੁਣਾਉਣ ਕਰਕੇ ਉਹਦੇ ਘਰ ਦੀ ਕੁਰਕੀ ਹੋ ਗਈ ਸੀ ਲੁਧਿਆਣੇ। ਉਹ ਆਂਦਾ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਵਿੱਚ ਬਕਾਲੇ ਪ੍ਰਗਟਾਇਆ, ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਗੁਰੂ ਲਾ ਦੋ ਕੋਠੇ ਚੜ ਕੇ ਲਾ ਦੋ ਉੱਚੀ ਉੱਚੀ ਬੋਲ ਸੁਣਾਇਆ। ਦੂਜੇ ਸ਼ਾਹ ਨੇ ਉਸ ਸ਼ਹਿਨ ਸ਼ਾਹ ਨੂੰ ਆਪਣੇ ਇਹ ਘਰ ਦੇ ਵਿੱਚ ਛੁਪਾਇਆ। ਸੰਗਤ ਜੀ, ਉਸ ਵੀ ਆਪਣਾ ਫਰਜ਼ ਨਿਭਾਇਆ ਤੇ ਇਸ ਵੀ ਆਪਣਾ ਫਰਜ਼ ਨਿਭਾਇਆ। ਦੋ ਸ਼ਾਹਾਂ ਨੂੰ ਗੁਰੂ ਨਾਨਕ ਦੇ ਦਰ ਨੇ ਜੱਗ ਉੱਤੇ ਅੱਜ ਮੁੜ ਵਡਿਆਇਆ। ਸਿੰਘ, ਕਲਗੀਆਂ ਵਾਲੇ ਨੂੰ ਜਦੋਂ ਲੱਖੀ ਸ਼ਾਹ ਮਿਲੇ ਨਾ, ਸਪੁੱਤਰ ਮਿਲੇ ਤੇ ਕੱਲੇ ਕੱਲੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਸੀ, ਮਾਣ ਦਿੱਤਾ ਸੀ। ਕੀ ਮਾਣ ਦਿੱਤਾ ਸੀ? ਉਹ ਲੋਹ ਬਾਣਾ, ਲੋਹੇ ਦਾ ਬਾਣਾ, ਲੋਹਿਆਂ ਵਰਗੇ ਬਲੀ ਜ਼ਾਤ ਨਹੀਂ, ਲੋਹ ਬਾਣਾ, ਲੋਹੇ ਦਾ ਬਾਣਾ। ਉਹ ਤੁਸੀਂ ਲੋਹੇ ਬਾ, ਜਿਵੇਂ ਲੋਹੇ ਨੂੰ ਕਿਹਾ ਜਾਂਦਾ ਵੀ ਲੋਹਾ ਹੀ ਇਹ ਬੰਦਾ, ਉਹ ਲੋਹਿਆਂ ਵਰਗੇ ਹਠੀਲੇ ਛੈਲ ਛਬੀਲੇ ਜਾਓ। ਛੇਵੇਂ ਮਹਾਰਾਜ ਨੇ ਵਾਰ ਪਹਿਲਾਂ ਹੀ ਦਿੱਤਾ ਹੋਇਆ ਗੁਜਰਾਤ ਵਿੱਚ ਸ਼ਹਿਦ ਛੱਕ ਕੇ। ਖਾਲਸਾ ਜੀ ਕੀ ਵਰ ਦਿੱਤਾ? ਜਾ ਉਹ ਬਜ਼ੁਰਗਾ, ਤੂੰ ਆਨਾ ਗਾਂ ਬੱਚਾ ਨਹੀਂ ਹੁੰਦਾ, ਤੇਰੀ ਕੁੱਲ ਦੇ ਵਿੱਚ ਫਕੀਰ, ਤੇਰੀ ਕੁੱਲ ਵਿੱਚ ਸਾਧੂ, ਤੇਰੀ ਕੁੱਲ ਦੇ ਵਿੱਚ ਸਦਾ ਹੀ ਜੋਧੇ ਜਰਨੈਲ ਜੰਮਿਆ ਕਰਨਗੇ। ਇਹ ਵਾਰੇ ਸਤਿਗੁਰਾਂ ਦਾ, ਐਵੇਂ ਨੀ ਲੋਹੇ ਦੇ ਬਾਣੇ ਬਣੇ। ਆਓ ਖਾਲਸਾ ਜੀ, ਗੱਲ ਦਾਸਤਾਨ, ਕਿਉਂਕਿ ਕਈ ਵਾਰੀ ਜਾਣੇ ਅਣਜਾਣੇ ਇਤਿਹਾਸ ਵਿੱਚ ਗਲਤ ਮਲਤ ਲਿਖਿਆ ਜਾਂਦਾ। ਬਾਬਾ ਜੀ ਦਾ ਪਿੰਡ ਕਿਹੜਾ? ਟਾਂਡਾ। ਉਹ ਟਾਂਡਾ ਇੱਧਰ ਲਾ ਨਹੀਂ, ਉਹ ਜ਼ੇਲਮ ਜ਼ਿਲ੍ਹੇ ਵਿੱਚ, ਜ਼ਿਲ੍ਹਾ ਹੈ ਜ਼ੇਲਮ, ਜ਼ੇਲਮ ਜ਼ਿਲ੍ਹੇ ਵਿੱਚ ਬਾਬਾ ਜੀ ਦਾ ਨਗਰ ਟਾਂਡਾ ਪੈਂਦਾ, ਉੱਥੇ ਵੱਸਦਾ ਇਹ ਸੋਹਣਾ ਪਰਿਵਾਰ, ਜਿਸ ਪਰਿਵਾਰ ਨੂੰ ਦੁਨੀਆਂ ਦੇ ਉੱਤੇ ਅੱਜ ਸਤਿਕਾਰ ਮਿਲਿਆ। ਔਰ ਉਸ ਵੇਲੇ ਮੌਕੇ ਦੀ ਹਕੂਮਤ ਨਿਉ ਨਿਉ ਕੇ ਉਸ ਨੂੰ ਸਲਾਮਾਂ ਕਰਦੀ ਸੀ। ਸੰਗਤ ਜੀ, ਵੱਡ ਵਡੇਰੇ ਉਹ ਵੀ ਪਹਿਲਾਂ ਵਪਾਰ ਕਰਦੇ ਰਹੇ, ਪਰ ਆ ਤੱਕਿਓ ਜਰਾ, ਬਾਬਾ ਮੱਖਣ ਸ਼ਾਹ ਜੀ ਨੇ ਜਿਵੇਂ ਗੁਰੂ ਸਾਹਿਬ ਤੱਕ, ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ 'ਚ, ਕੋਈ ਆਖਦਾ ਜੀ ਦੇਵੀ ਨੂੰ ਮੰਨਦਾ, ਕੋਈ ਕੁਝ ਕਹੀ ਜਾਂਦਾ, ਉਹ ਗੁਰੂ ਨਾਨਕ ਦਾ ਗੁਰਸਿੱਖ ਹੈ, ਗੁਰੂ ਨਾਨਕ ਸਾਹਿਬ ਤੇ ਵੱਡੀ ਆਸਥਾ ਰੱਖਦਾ ਹੈ। ਆਓ ਕਰ ਲਓ ਦਰਸ਼ਨ, ਦਾਸਤਾਨ ਸ਼ੁਰੂ ਕਰਨ ਲੱਗੇ ਹਾਂ। ਢਾਡੀ ਇਹ ਬੰਦਸ਼ ਹੈ ਕਲੀ, ਸੁਣਿਓ ਪ੍ਰੇਮ ਨਾਲ। ਕੀ ਜੀ ਸਾਖੀ ਸੁਣੋ, ਸੁਣਾਵਾਂ ਸਿੱਖ ਇਤਿਹਾਸ ਦੇ ਸ਼ਾਹਾਂ ਦੀ। ਸਾਖੀ ਸੁਣੋ ਸੁਣਾਵਾਂ, ਓ ਸਾਖੀ ਸੁਣੋ ਸੁਣਾਵਾਂ ਸਿੱਖ ਇਤਿਹਾਸ ਦੇ ਸ਼ਾਹਾਂ ਦੀ। ਸਾਖੀ ਸੁਣੋ ਸੁਣਾਵਾਂ ਸਿੱਖ ਇਤਿਹਾਸ ਦੇ ਸ਼ਾਹਾਂ ਦੀ। ਉੱਚੇ ਟਿੱਲੇ ਵਸਦਾ ਜੋ ਸਰਮੌਲ ਕਢਾਣਾ, ਉੱਚੇ ਟਿੱਲੇ ਵਸਦਾ ਜੋ ਸਰਮੌਲ ਕਢਾਣਾ। ਗੁਰੂ ਨਾਨਕ ਦੀ ਗੱਦੀ ਦਾ ਮੋਰਾ ਵਾਲੀ।
ਸਹਿਬ ਗੁਰੂ ਨਾਨਕ ਦੀ ਗੱਦੀ ਦਾ ਪਾਵਨ ਨਾਮ ਮੱਖਣ ਸ਼ਾਹ ਹੈ ਸ਼ੁਭ ਵੰਸ਼ਲ ਬਾਣਾ ਪਾਵਨ ਨਾਮ ਮੱਖਣ ਸ਼ਾਹ ਹੈ ਸ਼ੁਭ ਵੰਸ਼ਲ ਬਾਣਾ ਉਹ ਟਾਂਡਾ ਪਾਲਾ ਜੁੜਦੇ ਬਿਲ ਹਜ਼ਾਰਾਂ ਗੱਦੀਆਂ ਨੂੰ ਟਾਂਡਾ ਪਾਲਾ ਜੁੜਦੇ ਬਿਲ ਹਜ਼ਾਰਾਂ ਗੱਦੀਆਂ ਨੂੰ ਟਾਂਡਾ ਪਾਲਾ ਜੁੜਦੇ ਬਿਲ ਹਜ਼ਾਰਾਂ ਗੱਦੀਆਂ ਨੂੰ ਚੱਲਣ ਸਮੁੰਦਰ ਸਮੁੰਦਰੀ ਬੇੜੇ ਹੈ ਵਪਾਰ ਪੁਰਾਣਾ ਚੱਲਣ ਸਮੁੰਦਰੀ ਬੇੜੇ ਹੈ ਵਪਾਰ ਪੁਰਾਣਾ ਬੇੜਾ ਸੇਵਕ ਦਾ ਜਾ ਬੇੜਾ ਸੇਵਕ ਦਾ ਜਾ ਡਿੱਕੇ ਡੋਲੇ ਖਾਣ ਲੱਗਾ ਉਹ ਬੇੜਾ ਸੇਵਕ ਦਾ ਜਾ ਡਿੱਕੇ ਡੋਲੇ ਖਾਣ ਲੱਗਾ ਗਲ ਵਿੱਚ ਪੱਲਾ ਪਾ ਕੇ ਖੜ ਗਿਆ ਸਿੱਖ ਨਮਾਣਾ ਗਲ ਵਿੱਚ ਪੱਲਾ ਪਾ ਕੇ ਖੜ ਗਿਆ ਸਿੱਖ ਨਮਾਣਾ ਪੜਦਾ ਜਪਜੀ ਸਾਹਿਬ ਸੁਰਤ ਟਿਕਾ ਵਿੱਚ ਚਰਨਾਂ ਦੇ ਪੜਦਾ ਜਪਜੀ ਸਾਹਿਬ ਸੁਰਤ ਟਿਕਾ ਵਿੱਚ ਚਰਨਾਂ ਦੇ ਸਿਮਰੇ ਨਾਮ ਸਾਈ ਦਾ ਜਿਸਨੇ ਪਾਰ ਲੰਘਾਣਾ ਸਿਮਰੇ ਨਾਮ ਵਾਹਿਗੁਰੂ ਹਾਂ ਸਿਮਰੇ ਨਾਮ ਸਾਈ ਦਾ ਜਿਸਨੇ ਪਾਰ ਲੰਘਾਣਾ ਉਸਨੇ ਪਾਰ ਲੰਘਾਣਾ ਬੇੜਾ ਪਾਰ ਲੰਘਾਇਆ ਮੋਰਾਂ ਵਾਲੀਆ ਸਤਿਗੁਰ ਨੇ ਬੇੜਾ ਪਾਰ ਲੰਘਾਇਆ ਮੋਰਾਂ ਵਾਲੀਆ ਸਤਿਗੁਰ ਨੇ ਉਹ ਬੇੜਾ ਪਾਰ ਲੰਘਾਇਆ ਮੋਰਾਂ ਵਾਲੀਆ ਸਤਿਗੁਰ ਨੇ ਹਾਂ ਵੱਡੇ ਮੇਰੇ ਸਹਿਬਾ ਤੇਰੇ ਚੋਜ ਵਡਾਣਾ ਵੱਡੇ ਮੇਰੇ ਸਹਿਬਾ ਤੇਰੇ ਚੋਜ ਵਡਾਣਾ ਸੰਗਤ ਜੀ ਬਾਬਾ ਮੱਖਣ ਸ਼ਾਹ ਬਹੁਤ ਵੱਡਾ ਬਿਜ਼ਨਸ ਅਰਬਾਂ ਖਰਬਾਂ ਦਾ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਹੋਵੇਗਾ ਜਿਸ ਨੇ ਜੋ ਵਪਾਰ ਕੀਤਾ ਉਹਦਾ ਦਸਵੰਧ 500 ਮੋਹਰਾਂ ਬਣਦਾ ਸੀ ਅੰਦਾਜ਼ਾ ਲਾਓ ਕਿੱਡਾ ਵੱਡਾ ਉਸ ਨੂੰ ਮੁਨਾਫਾ ਹੋਇਆ ਹੋਵੇਗਾ ਅਤੇ ਗੁਰੂ ਨਾਨਕ ਸਾਹਿਬ 'ਤੇ ਆਸਥਾ ਸੀ ਇਹ ਨਹੀਂ ਜੋ ਲੋਕ ਕਈ ਵਾਰੀ ਗੱਲ ਨੂੰ ਐਵੇਂ ਵਧਾ ਚੜਾ ਕੇ ਉਹ ਗੁਰੂ ਨਾਨਕ ਸਾਹਿਬ ਤੋਂ ਬਾਰੇ ਬਾਰੇ ਜਾਂਦਾ ਜਪਜੀ ਸਾਹਿਬ ਜਿਸ 'ਤੇ ਰੋਮ ਰੋਮ ਵਿੱਚ ਰਚਿਆ ਹੋਇਆ ਜਦੋਂ ਪੜ੍ਹਿਆ ਨਾ ਜੀ ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ ਮਹਾਰਾਜ ਜੀ ਕੀ ਕਹਿੰਦੇ ਨੇ ਸਤਿਗੁਰੂ ਜੀ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹਨਾਂ ਨਾਲ ਤੇ ਹੋਰ ਵੀ ਛੁੱਟ ਜਾਂਦੇ ਆ ਜਿਹੜੇ ਜਪਦੇ ਨੇ ਬਾਬਾ ਜੀ ਜਪਣ ਵਾਲੇ ਨੇ ਸੇਵਾ ਵਾਲੇ ਨੇ ਸਿਮਰਨ ਵਾਲੇ ਨੇ ਆ ਸਿਦਕ ਵਾਲੇ ਨੇ ਤੇ ਬੇੜੇ ਸਿਦਕੀਆਂ ਦੇ ਪਾਰ ਹੁੰਦੇ ਹੀ ਹੁੰਦੇ ਨੇ ਉਹਨਾਂ ਨੇ ਅਰਦਾਸ ਕੀ ਕੀਤੀ ਸ਼ਹਿਨਸ਼ਾਹ ਤੇਰਾ ਭਾਣਾ ਹੈ ਪਰ ਦਾਤਿਆ ਇੱਥੇ ਡੁੱਬ ਕੇ ਮਰ ਗਿਓ ਆ ਤੇਰਾ ਖਜ਼ਾਨਾ ਵੀ ਕੋਲ ਰੁੜ ਜਾਏਗਾ ਦਾਤਿਆ ਤੂੰ ਮਾਇਆ ਦਾ ਭੁੱਖਾ ਨਹੀਂ ਤੂੰ ਧਨ ਮਾਲ ਜਗੀਰਾਂ ਦਾ ਭੁੱਖਾ ਨਹੀਂ ਤੇਰੇ ਘਰ ਕਿਸੇ ਚੀਜ਼ ਦੀ ਤੋਟ ਨਹੀਂ ਤੇਰਾ ਦੀਆ ਤੁਝੇ ਕਿਆਰ ਪੂੰਜੀ ਪਰ ਆਪ ਜੀ ਦੀ ਅਮਾਨਤ ਆਪ ਜੀ ਦੇ ਸਨਮੁਖ ਹਾਜ਼ਰ ਹੋ ਕੇ ਭੇਟ ਕਰਨੀ ਚਾਹੁੰਦਾ ਇਤਿਹਾਸ ਗਵਾਹ ਹੈ ਬੇੜਾ ਬੰਨੇ ਲੱਗਾ ਸੰਗਤ ਜੀ ਉਹ ਸਤਿਗੁਰੂ ਜੀ ਤੇ ਬੇੜੇ ਹੀ ਤਾਰਦੇ ਰਹੇ ਹਿੰਦੂ ਧਰਮ ਦਾ ਬੇੜਾ ਵੀ ਡੁੱਬ ਚੱਲਿਆ ਸੀ ਉਹਨੂੰ ਵੀ ਮੋਢਾ ਡਾਹ ਕੇ ਨੌਵੇਂ ਮਹਾਰਾਜ ਜੀ ਨੇ ਬੰਨੇ ਲਾਇਆ ਇਹ ਹੁੰਦਾ ਹੀ ਨਾ ਅੱਜ ਸੱਚਾਈ ਹੈ ਵਿਦਵਾਨ ਕਹਿੰਦਾ ਮੜਕ ਨਾਲ ਕਹਿੰਦਾ ਕਹਿੰਦਾ ਮੰਨਿਓ ਨਾ ਮੰਨਿਓ ਪਰ ਸੱਚਾਈ ਹੈ ਵੀਰੋ ਸਨਾਤਨ ਧਰਮ ਨੂੰ ਮੰਨਣ ਵਾਲਿਓ ਮੱਥਿਆਂ ਤੇ ਤਿਲਕ ਲਾਉਂਦੇ ਹੋ ਇਹ ਤਿਲਕ ਸੰਧੂਰੀ ਨਹੀਂ ਇਹ ਤਿਲਕ ਲਾਲ ਕੇਸਰੀ ਰੰਗ ਦੇ ਨਹੀਂ ਇਹ ਨੌਵੇਂ ਮਹਾਰਾਜ ਜੀ ਦਾ ਪਾਵਨ ਪਵਿੱਤਰ ਲਹੂ ਜੇ ਖੂਨ ਜੇ ਤੇ ਜਿਹੜੀ ਡੋਰੀ ਜਨੇਊ ਵੱਟ ਕੇ ਪਾ ਲਿਆ ਇਹ ਚਾਰ ਤੰਦਾਂ ਇਹ ਕੱਚੇ ਧਾਗੇ ਨਹੀਂ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਂਦਰਾਂ ਵੱਟ ਕੇ ਪਾਈਆਂ ਤਾਂ ਸੁਰੱਖਿਅਤ ਰਹੇ
ਭਾਗਾਂ ਵਾਲਿਓ ਮੈਂ ਗੱਲ ਨੂੰ ਆ ਟੂ ਦੀ ਪੁਆਇੰਟ ਰਹਿ ਕੇ ਸਾਰੇ ਨਗਮੇ ਘਾਉਣ ਦਾ ਯਤਨ ਕਰਾਂ। ਹੁਣ ਬਾਬਾ ਮੱਖਣ ਸ਼ਾਹ ਦਾ ਬੇੜਾ ਲੱਗ ਗਿਆ ਬੰਨੇ, ਚਾਈ ਚਾਈ ਖੁਸ਼ੀ ਖੁਸ਼ੀ ਇਹ ਬੋਲ ਕੰਨਾਂ ਵਿੱਚ ਪਏ, ਬਾਬਾ ਬਸੇ ਗ੍ਰਾਮ ਬਕਾਲੇ। ਕਿਹਨੇ ਕਿਹਾ? ਗੁਰਮੁਖ ਪਿਆਰੇ ਪ੍ਰੇਮ ਵਾਲੇ ਬੈਠੇ ਹੋ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿੱਥੇ ਕਿਹਾ? ਦਿੱਲੀ ਵਿੱਚ। ਕਦੋਂ ਕਿਹਾ? ਜਦੋਂ ਦਿੱਲੀ ਨੇਸਤੋ ਨਾਬੂਦ ਹੋ ਰਹੀ ਸੀ। ਜਦੋਂ ਦਿੱਲੀ ਜੇ ਅੱਠਵੇਂ ਮਹਾਰਾਜ ਜੀ ਸਾਰਾ ਦੁੱਖ ਪੰਡਾਂ ਦੀਆਂ ਪੰਡਾਂ ਨਾ ਚੁੱਕਦੇ, ਦਿੱਲੀ ਗਰਕ ਚੱਲੀ ਸੀ, ਦਿੱਲੀ ਖਤਮ ਹੋ ਚੱਲੀ ਸੀ, ਉਹ ਦੁੱਖਾਂ ਦੀਆਂ ਪੰਡਾਂ ਚੁੱਕੀਆਂ। ਕਿਹਨੇ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ। ਸੱਚਖੰਡ ਜਾਣ ਲੱਗੇ, ਗੁਰਸਿੱਖਾਂ ਦੀਆਂ ਤਾਹਾਂ ਨਿਕਲ ਗਈਆਂ। ਮਹਾਰਾਜ ਜੀ ਨਹੀਂ, ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਨਾ ਕਰੋ, ਸਾਨੂੰ ਇਕੱਲੇ ਛੱਡ ਕੇ ਨਾ ਜਾਓ। ਮਹਾਰਾਜ ਕਹਿਣ ਲੱਗੇ, ਪਿਆਰਿਓ ਸਿੱਖ ਅਤੇ ਇਕੱਲਾ ਇਹ ਹੋ ਹੀ ਨਹੀਂ ਸਕਦਾ, ਤੁਹਾਡੇ ਨਾਲ ਗੁਰੂ ਹਰਦਮ ਦਮ ਦਮ ਹਰਦਮ ਯਾਦ ਕਰੋ, ਉਹ ਸਦਾ ਹੀ ਤੁਹਾਡੇ ਨਾਲ। ਪਰ ਹੁਣ ਸਾਨੂੰ ਆ ਗਿਆ ਤੁਰਦਾ ਸੱਦਾ, ਤੇ ਬਾਬਾ ਵਿੱਚ ਬਕਾਲੇ ਉੱਥੇ ਸਜਿਆ ਹੋਇਆ ਪ੍ਰਗਟ ਹੋਵੇਗਾ। ਇੰਨੀ ਕਹਿ ਕੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਵਿੱਚ ਰਲਾ ਕੇ ਤੁਰ ਗਏ। ਇੱਥੋਂ ਗੁਰਮੁਖ ਪਿਆਰੇ ਦਵਾਰਕਾ ਦਾਸ ਜੀ, ਉਹ ਮਹਾਨ ਨਨੂਆ ਜੀ ਬਹੁਤ ਜੀ, ਉਹਨਾਂ ਨੂੰ ਜੋ ਵੀ ਗੁਰਿਆਈ ਦੀ ਪਰੰਪਰਾ ਚੱਲੀ ਆ ਰਹੀ ਹੈ, ਪੰਜ ਪੈਸੇ ਨਾਰੀਅਲ ਦੇ ਕੇ ਉੱਧਰ ਨੂੰ ਤੋਰ ਦਿੱਤਾ, ਤੇ ਉੱਧਰ ਬਾਬਾ ਮੱਖਣ ਸ਼ਾਹ ਵੀ ਆ ਗਿਆ। ਪਰ ਆ ਕੇ ਹੈਰਾਨ ਬੜਾ ਹੋਇਆ, ਪਤਾ ਕੀ ਦੇਖਦਾ? ਗੁਰੂ ਇੱਕ ਜਿਸ ਦੇ ਦੀਦਾਰ ਕਰਨ ਆਇਆ, ਪਰ ਉੱਥੇ ਆ ਕੇ ਵੇਖਦਾ ਸੁੱਖ ਨਾ 22 ਮੰਜੀਆਂ ਤੇ ਬਾਹੀਆਂ ਦੇ ਗਾਂ 2200 ਚੇਲੇ, ਤੇ ਉਹ ਇੰਨੇ ਕਾ ਕੇ ਨਾ ਏਦਾਂ ਦੇ ਸ਼ਬਦ ਜਾਲ, ਓਏ ਆ ਓਏ ਸਿੱਖਾ ਆ ਸੱਚੇ ਗੁਰੂ ਦੀ ਸ਼ਰਨੀ ਪਾਈਏ। ਤੇ ਹੁਣ 22 ਬੈਠੇ ਆ, 22 ਚੋਂ ਜੇ ਮੰਨ ਲਓ ਇੱਕ ਸੱਚਾ ਤੇ ਇੱਕੀ ਤੇ ਝੂਠੇ ਹੀ ਆ, ਤੇ ਵੀ ਉਹ ਭਾਰੀ ਬੰਦਾ ਸੀ, ਸਿਆਣਾ ਗੁਰਸਿੱਖ ਸੀ, ਇਹਦੇ ਮਨ ਵਿੱਚ ਆਇਆ ਉਹ ਆਂਦਾ ਇਹ ਗੁਰੂ ਨਹੀਂ ਹੋ ਸਕਦੇ। ਗੁਰੂ ਪਿਓ ਪਾਰ ਜੇ ਕਰਦਾ ਹੈ, ਬਣਜ ਕਰਦਾ ਹੈ, ਵਿਓਪਾਰ ਨਾਮ ਅਦਾਈਏ, ਹਰ ਕੇ ਨਾਮ ਕੇ ਵਿਓਪਾਰੀ, ਦੂਜੀ ਗੱਲ ਕੋਈ ਨੀ। ਭਈਆ ਇਹ ਤੇ ਮਾਇਆ ਦੇ ਭੁੱਖੇ ਆ, ਅੱਛਾ ਜਿਹੜੀ ਚੀਜ਼ ਨਾ ਮਰਦੇ ਓਦਾਂ ਹੀ ਮਾਰੀਏ, ਕੋਈ 5 ਕਹਿੰਦਾ ਤੇ ਕੋਈ 2 ਕਹਿੰਦਾ, ਹੋ ਗਿਆ ਸ਼ੁਰੂ। ਤੇ ਕਿਲੋਮੀਟਰ ਲੰਬੀਆਂ ਉਹਨੂੰ ਅਸੀਂ ਸਾਹਮਣ ਜਾਓ ਤੇਰੇ ਕਾਰਜ ਸਵਾਰ ਦੇ, ਕਹਿਣਾ ਹੀ ਆ ਕਰਨਾ ਥੋੜ੍ਹੀ ਏ, ਕਹਿਣ ਵਿੱਚ ਕੀ ਜਾਂਦਾ ਸੀ। ਤੇ ਮੋਹਰਾਂ ਕੀਮਤੀ ਸਨ, ਗੋਲਡ ਕੋਇਨ ਸੋਨੇ ਦੇ ਕੋਇਨ ਜਿਹੜੇ ਅੱਜ ਵਿਕਦੇ ਆ ਉਹ ਸਨ, ਤੇ ਉਹ ਕਿਹਨੂੰ ਨਹੀਂ ਚੰਗੇ ਲੱਗਦੇ। ਪਰ ਮੱਖਣ ਸ਼ਾਹ ਇੱਕ ਪਾਸੇ ਦੇ ਹੋ ਕੇ ਨਾ ਬੱਚੇ ਖੇਡਦੇ, ਉਹਨਾਂ ਨੂੰ ਪੁੱਛਦਾ ਓਏ ਇਹਨਾਂ ਵਿੱਚੋਂ ਤੇ ਹੈ ਨਹੀਂ ਉਹ ਜਿਹਦੇ ਦੀਦਾਰ ਲਈ ਆਇਆ, ਉਹ ਮੈਨੂੰ ਸੱਚਾ ਮੁਰਸ਼ਦ ਮਿਲਾ ਦਿਓ। ਉਹ ਬੱਚੜਿਓ ਇੱਥੇ ਹੋਰ ਵੀ ਜੇ ਕੋਈ ਗੁਰੂ? ਕਹਿਣ ਲੱਗੇ ਗੁਰੂ ਤੇ ਨਹੀਂ ਬੱਚੇ, ਗੁਰੂ ਤੇ ਨਹੀਂ ਪਰ ਗੁਰੂ ਦਾ ਸਪੁੱਤਰ ਬੈਠਾ, ਕਿੱਥੇ? ਭੋਰੇ ਵਿੱਚ ਬੈਠਾ। ਔਰ ਉਹਨਾਂ ਸ਼ਾਇਦ ਤੁਹਾਨੂੰ ਨਾ ਹੀ ਮਿਲਣ, ਕਿਉਂਕਿ ਉਹ ਤੇ ਦਿਸਦੇ ਹੀ ਨਹੀਂ, ਸੁਣਿਆ ਹੈ ਉਹ ਤੇ ਅੰਦਰ ਬੈਠੇ ਰਹਿੰਦੇ ਨੇ, ਭੋਰੇ ਵਿੱਚ ਬੈਠੇ ਰਹਿੰਦੇ ਨੇ, ਤਪੱਸਿਆ ਕਰਦੇ ਨੇ ਉਹਨਾਂ ਦੇ ਮਾਤਾ ਨਾਨਕੀ ਜੀ, ਔਰ ਉਹਨਾਂ ਦੀ ਅਰਧੰਗਣੀ ਮਾਤ ਗੁਜਰੀ ਉਹ ਵੀ ਉੱਥੇ ਨੇ, ਜਾ ਜਾ ਕੇ ਬੇਨਤੀ ਕਰ ਲਓ। ਸਿਆਣਾ ਗੁਰਸਿੱਖ ਇੱਕ ਹੋਰ ਮਿਲਿਆ, ਉਹਨੇ ਦੱਸਿਆ ਆ ਗਿਆ ਜੇ ਮੱਖਣ ਸ਼ਾਹ, ਮਾਤਾ ਜੀ ਦੇ ਦੀਦਾਰ ਕੀਤੇ ਨਾ, ਮਾਂ ਕੌਣ ਹੈ? ਓਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਰਧੰਗਣੀ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ। ਸੰਗਤ ਜੀ, ਬਾਬੇ ਨੇ ਹੱਥ ਜੋੜ ਕੇ ਬਿਨਾਂ ਕੀਤੀ, ਜੀ ਮੈਂ ਦੀਦਾਰ ਕਰਨ ਵਾਸਤੇ ਆਇਆ, ਮੈਨੂੰ ਮੈਂਦੜੇ ਸਾਈਂ ਦੇ ਦੀਦਾਰ ਕਰਵਾ ਦਿਓ। ਮਾਤਾ ਜੀ ਆਂਦੇ ਪੁੱਛ ਕੇ ਦੱਸਦੇ ਹਾਂ, ਅਸੀਂ ਤਾਂ ਕੁਝ ਨਹੀਂ ਕਹਿੰਦੇ, ਉਹਨਾਂ ਦੀ ਮੌਜ ਜੇ ਉਹਨਾਂ ਦੀ ਮਰਜ਼ੀ ਹੈ। ਅੰਦਰ ਗਏ ਤੇ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ, ਜੀ ਕੋਈ ਮਿਲਣਾ ਚਾਹੁੰਦਾ?
ਤੇ ਮਹਾਰਾਜ ਨੇ ਬੋਲੇ ਨਹੀਂ, ਇਸ਼ਾਰਾ ਕਰ ਦਿੱਤਾ, ਸੰਗਤ ਜੀ ਅੰਦਰ ਵੜਿਆ। ਪਹਿਲੀ ਤੱਕਣੀ ਔਰ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰੇਮ ਦੀ ਅੱਖ ਬਖਸ਼ੀ ਏ, ਉਹ ਪਹਿਲੀ ਨਜ਼ਰੇ ਪਹਿਚਾਣ ਜਾਂਦੇ ਨੇ। ਵੇਖਿਆ ਚਿਹਰੇ ਤੇ ਨੂਰ ਹੀ ਹੋਰ, ਨੇਤਰ ਅੱਧ ਮੀਟੇ, ਨੂਰ ਬਰਸਦਾ, ਐਨ ਸਮਾਧੀ ਦੇ ਵਿੱਚ ਲੀਨ। ਤੇ ਮੱਖਣ ਸ਼ਾਹ, ਮਨ ਇਹ ਬੜਾ ਤੇਜ਼ ਏ, ਲੋਕੀ ਕਹਿੰਦੇ ਹਵਾ ਤੇਜ, ਪਰ ਮਨ ਪਵਨ ਸੇ ਤੇਜ, ਇਹ ਜਿਹੜਾ ਮਨ ਏ ਪਾਉਣ ਨਾਲੋਂ ਵੀ ਤੇਜ। ਖੈਰ ਲੰਬੀ ਗੱਲਾਂ ਕਰਾਂ, ਫਾਰਮੂਲਾ ਉਹੀ ਵਰਤਿਆ, ਜੇ ਪੂਰੇ ਹੋਣਗੇ। ਮੈਂ ਆਖਿਆ ਸੀ ਨਾ ਜੀ, ਆਪ ਜੀ ਦਾ ਦਸਵੰਧ ਜੋ 500 ਮੋਹਰਾਂ ਨੇ ਹਾਜ਼ਰ ਕਰਾਂਗਾ, ਆਪੇ ਹੀ ਲੈ ਲੈਣਗੇ। ਪੰਜ ਰੱਖੀਆਂ, ਨਮਸਕਾਰ ਕਰਕੇ ਬਹਿ ਗਿਆ, ਪਰ ਕੋਲ ਬੈਠਿਆਂ ਆਨੰਦ ਆ ਰਿਹਾ। ਇਹ ਨਿਸ਼ਾਨੀ ਹੁੰਦੀ ਰੱਬ ਦੇ ਪਿਆਰਿਆਂ ਦੀ, ਉਹਨਾਂ ਕੋਲ ਬੈਠਿਆਂ ਸੰਸਾਰ ਭੁੱਲ ਜਾਂਦਾ ਤੇ ਨਿਰੰਕਾਰ ਪਰਮੇਸ਼ਰ ਦੇ ਦਵਾਰ ਦਾ ਬੂਹਾ ਖੁੱਲ ਜਾਂਦਾ। ਇਹਦਾ ਮਨ ਕਰੇ ਕਿ ਮੈਂ ਸਿਮਰਨ ਕਰਾਂ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ, ਤਿਆਗੀ ਵੈਰਾਗੀ ਸਤਿਗੁਰੂ ਜੀ, ਬਾਣੀ ਪੜੋ ਵੈਰਾਗ ਬਾਣੀ, ਤਿਆਗ ਭਰਪੂਰ ਕੀ ਬੋਲੇ ਗੁਰਸਿੱਖਾ। ਮਰਦ ਉਹਨਾਂ ਨੂੰ ਕਹਿੰਦੇ ਜੋ ਕਹਿੰਦੇ ਉਹ ਕਰਕੇ ਵਿਖਾਉਂਦੇ ਹੁੰਦੇ ਆ। ਉਹ ਮੱਖਣਾ ਸ਼ਾਹ ਜੀ, ਜਦੋਂ ਤੇ ਕੋਈ ਕਿਸੇ ਕੋਲੋਂ ਕੰਮ ਲੈਣਾ ਹੋਵੇ ਉਦੋਂ ਕੁਝ ਹੋਰ ਹੁੰਦੇ ਕਈ ਲੋਕ, ਤੇ ਜਦੋਂ ਕੰਮ ਹੋ ਜਾਂਦਾ ਹੋਰ ਹੋ ਜਾਂਦੇ ਆ। ਇਹਨੂੰ ਲੱਗਾ ਸ਼ਾਇਦ ਮੈਨੂੰ ਹੀ ਕੁਝ ਕਹਿ ਰਹੇ ਆ। ਮਹਾਰਾਜ ਜੀ ਨੇ ਉਸ ਗੱਲ ਨੂੰ ਖੋਲ ਦਿੱਤਾ। ਮਹਾਰਾਜ ਕਹਿੰਦੇ ਮਰਦ ਫੜਾਂ ਫੋਕੀਆਂ ਕਦੇ ਵੀ ਮਾਰਦੇ ਨਹੀਂ, ਜੋ ਕਹਿੰਦੇ ਉਹ ਬੋਲ ਪਗਾ ਦਿੰਦੇ। ਮੱਖਣ ਸ਼ਾਹ ਤੇਰੇ ਵਾਂਗੋ ਨਹੀਂ, 500 ਕਹਿ ਮੋਹਰਾਂ ਤੇ ਮਗਰੋਂ ਕੱਲੀਆਂ ਹੀ 5 ਚੜਾ ਦਿੰਦੇ, ਇਹਦਾ ਥੋੜੀ ਗੱਲ ਬਣਨੀ ਹੈ। ਮਾਇਆ ਦੀ ਭੁੱਖ ਕੋਈ ਨਹੀਂ, ਪਰ ਸ਼ਾਹ ਜੀ ਉਦੋਂ 500 ਕਿਹਾ ਸੀ ਤੇ ਆ 5 ਆਏ। ਹਾਏ ਸੋਚੋ ਜਰਾ, ਉਹ ਜਿਹੜਾ ਦੰਭੀ ਪਖੰਡੀ ਬਾਹਰ ਟੋਲਾ ਬੈਠਾ, ਉਹਨਾਂ ਤੋਂ ਪੀੜਤ ਹਰ ਬੰਦਾ, ਤੇ ਇਹ ਮੱਖਣ ਸ਼ਾਹ ਵੀ ਦੁਖੀ ਹੋ ਗਈ ਬੜਿਆ ਸੀ, ਤੇ ਕੀ ਬੀਤੀ ਹੋਵੇਗੀ। ਬਾਬਾ ਖੁਸ਼ੀ ਵਿੱਚ ਝੂਮ ਉੱਠਿਆ, ਉਹ ਨੱਚ ਉੱਠਿਆ, ਦੀਵਾਨਾ ਮਸਤਾਨਾ ਜਿਵੇਂ ਹੋ ਗਿਆ ਹੋਵੇ। ਮਹਾਰਾਜ ਜੀ ਜੋ ਭੱਜਣ ਲੱਗਾ, ਮਹਾਰਾਜ ਕਹਿੰਦੇ ਸੁਣ ਕਿੱਥੇ ਚੱਲਾਂ ਜੇ। ਮਹਾਰਾਜ ਬਹੁਤ ਬਾਹਰ ਅਨਰਥ ਹੋ ਰਿਹਾ, ਮਹਾਰਾਜ ਬੜੇ ਦੰਭੀ ਪਖੰਡੀ ਬੈਠੇ ਜੇ, ਤੁਸੀਂ ਤੇ ਬਹਿ ਕੇ ਭੋਰੇ, ਉਹ ਝੂਠ ਦੀਆਂ ਦੁਕਾਨਾਂ ਵਾਲੇ ਝੂਠੇ। ਮਹਾਰਾਜ ਆਪਣੇ ਆਪ ਨੂੰ ਗੁਰੂ ਅਖਵਾਈ ਜਾਂਦੇ, ਮੈਂ ਸੰਗਤ ਨੂੰ ਦੱਸਾਂ ਵਾਂ। ਮਹਾਰਾਜ ਕਹਿੰਦੇ ਸੁਣ, ਸਾਡੀ ਨਹੀਂ ਇੱਛਾ ਪ੍ਰਗਟ ਹੋਣ ਦੀ, ਨਹੀਂ ਚਾਹੁੰਦੇ। ਮਹਾਰਾਜ ਜੀ ਉਹ ਸੱਚੀਆਂ ਸੰਗਤਾਂ, ਉਹ ਬਿਲਕ ਦੇ ਗੁਰਸਿੱਖ ਚੱਲ ਨਹੀਂ ਹੁੰਦੇ। ਮਹਾਰਾਜ ਕਹਿੰਦੇ ਅਸੀਂ ਬਚਨ ਕਿਹਾ ਹੋਇਆ, ਜਿਹੜਾ ਪ੍ਰਗਟ ਕਰੇ ਉਹਦਾ ਮੁੱਖ ਕਾਲਾ। ਕੋਈ ਗੱਲ ਨਹੀਂ ਮਹਾਰਾਜ। ਬਾਬਾ ਮੱਖਣ ਸ਼ਾਹ ਜੀ ਲੰਗਰ ਵਿੱਚ ਗਏ, ਤਵੇ ਨਾਲੋਂ ਆਪ ਕਾਲਕ ਲਾਈ ਤੇ ਆਪਣੇ ਮੁੱਖ ਤੇ ਮਲ। ਮਹਾਰਾਜ ਹੋ ਗਿਆ ਜੇ ਕਾਲਾ? ਮਹਾਰਾਜ ਕਹਿੰਦੇ ਸ਼ਾਹ ਤੇਰਾ ਤੇ ਮੁੱਖ ਦੋਹਾਂ ਜਹਾਨਾਂ ਵਿੱਚ ਉਜੜਾ ਹੋ ਗਿਆ, ਤੂੰ ਕਾਲੇ ਦੀ ਗੱਲ ਕਰਦਾ ਜਾ, ਜਿਹੜਾ ਤੇਰਾ ਪ੍ਰੇਮ ਕਰੇਗਾ ਤੈਨੂੰ ਵੀ ਅਦਬ ਨਾਲ ਝੁਕੇਗਾ, ਜਾ ਜਾ ਤੇਰੀ ਵੰਸ਼ ਸਾਰੇ ਸੰਸਾਰ ਵਿੱਚ ਸੁੱਖ ਪਾਉਣਗੇ। ਅੱਜ ਹੁਣੇ ਤੁਸੀਂ ਵੇਖਿਆ ਅਮਰੀਕਾ ਤੋਂ ਸਰਦਾਰ ਰਘਵੀਰ ਸਿੰਘ ਜੀ ਸੁਭਾਨਪੁਰ ਵਾਲੇ, ਮਾਸਟਰ ਮਹਿੰਦਰ ਸਿੰਘ ਜੀ, ਰਘਵੀਰ ਸਿੰਘ ਜੀ ਛੋਟਾ ਜਿਹਾ ਨਗਰ ਇਹਨਾਂ ਦਾ, ਮੈਂ ਕੋਈ ਖੁਸ਼ਾਮਦ ਨਹੀਂ ਕਰਦਾ, ਉੱਥੇ ਗੁਰੂ ਘਰ ਬਣਾਇਆ, ਹੋਰ ਵੀ ਸੰਗਤ ਨੇ ਸਹਿਯੋਗ ਦਿੱਤਾ, ਜ਼ਮੀਨ ਬਹੁਤ ਮੁੱਲ ਬਹੁਤ ਹੀ ਮਹਿੰਗੀ ਲੈ ਕੇ ਉੱਥੇ ਹੁਣ ਹੋਰ ਗੁਰੂ ਸਾਹਿਬ ਦੇ ਅਸਥਾਨ ਤੇ ਹੋਰ ਨਾਂ ਲਵਾਈ, ਔਰ ਸਭ ਤੋਂ ਵੱਡੇ ਕਾਰਜ ਇਲਾਕੇ ਵਿੱਚ ਕਰਦੇ ਨੇ। ਅੱਜ ਉਹ ਬੇਅੰਤ ਜਥਾ ਲੈ ਕੇ ਅਮਰੀਕਾ ਤੋਂ, ਕੋਈ ਕੈਨੇਡਾ ਤੋਂ, ਕੋਈ ਯੂਰਪ ਤੋਂ, ਕੋਈ ਇੰਗਲੈਂਡ ਤੋਂ, ਸਾਰੀ ਦੁਨੀਆ ਵਿੱਚ ਅੱਜ ਲੋਹੇ ਦੇ ਬਾਣਿਆਂ ਵਾਲੇ ਲੋਹ ਬਾਣੇ ਜਿਨ੍ਹਾਂ ਨੂੰ ਲਵਾਣੇ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ, ਬਾਬਾ ਮੱਖਣ ਸ਼ਾਹ ਤੇ ਬਾਬਾ ਲੱਖੀ ਸ਼ਾਹ। ਸੰਗਤ ਜੀ ਇਹਨਾਂ ਸਾਰਿਆਂ ਦਾ ਜਗੇਵਾ ਦੀਕਰੇ ਯਤਨ ਕਰਾਂਗਾ ਕਿ ਆਪ ਜੀ ਨੂੰ ਸਰਵਣ ਕਰਾਈਏ ਜਸ, ਪਰ ਤੱਕੋ ਜਰਾ ਹੁਣ ਬਾਬਾ ਮੱਖਣ ਸ਼ਾਹ ਜੀ ਇੱਕ ਚਬੂਤਰਾ ਏ ਨਿੱਕਾ ਜਿਹਾ, ਕੋਈ ਬਹੁਤਾ ਵੱਡਾ ਨਹੀਂ। ਸੰਗਤ ਜੀ ਗਲ ਦੇ ਵਿੱਚ ਜਿਹੜਾ ਹਜ਼ੂਰੀਆ ਸੀ ਨਾ, ਬਾਬਾ ਮੱਖਣ ਸ਼ਾਹ ਸ਼ਾਹੀ ਠਾਠ ਵਾਲਾ ਸੀ, ਉਹਦੇ ਨਾਲ
पांच सौ अंग रखे कह लो आ साढ़े छे छे फुटे सूर में सदा ही नाल रहिंदे सी ते रहिंदे भी सनद वध शस्त्र धारी शस्त्र तो बिना कोई भी नहीं किसे कोल बंदूक किसे कोल राम जंगा किसे कोल फौलाद दा शस्त्र किसे कोल आम जनी किसे कोल नीमचा किसे दे कोल संगत जी सैफ महाराज दसवें महाराज ने मुड़ के जिक्र किया ना शस्त्रां दा सैफ सरोही सहथी यह हमारे पीर उन्हां नूं प्रेम दे नाल ਇਹਦੇ ਸਾਰੇ ਨਿਕਟ ਵਰਤੀ ਕੋਲ ਲੈ ਕੇ ਰੱਖਦੇ ਅਗਾਂ ਉਹ ਵੀ ਦੱਸਾਂਗੇ ਵੀ ਕਿੱਥੇ ਕੰਮ ਆਏ ਆ ਤੱਕੋ ਜਰਾ ਪਰ ਮੱਖਣ ਸ਼ਾਹ ਉਹ ਜਿਹੜਾ ਗਲ ਦੇ ਵਿੱਚ ਪੱਲਾ ਪਾਇਆ ਨਾ ਜੀ ਉਹ ਲਾ ਲਿਆ ਤੇ ਇਸ ਤਰ੍ਹਾਂ ਕਮਾਉਂਦਾ ਜੇ ਕੋਠੇ ਚੜ ਤੇ ਰੱਟ ਕਿਹੜੀ ਲਾਈ ਆਓ ਆਪਾਂ ਵੀ ਲਾਈਏ ਸੰਗਤ ਜੀ ਪ੍ਰੇਮ ਪ੍ਰੇਮ ਵਰਗੀ ਇਬਾਦਤ ਕੋਈ ਨਹੀਂ ਪ੍ਰੇਮ ਹੀ ਪਰਮਾਤਮਾ ਹੈ ਆਓ ਬੈਠੇ ਹੋ ਅਦਬ ਵਿੱਚ ਤੇ ਪ੍ਰੇਮ ਵਿੱਚ ਭਿੱਜ ਜਾਈਏ ਸੁਣਿਓ ਪ੍ਰੇਮ ਦੇ ਨਾਲ ਬਾਬਾ ਮੱਖਣ ਸ਼ਾਹ ਜੋ ਕਹਿੰਦਾ ਸਰਦਾਰ ਸੁਰਜੀਤ ਸਿੰਘ ਜੀਤ ਪਿਆਰ ਵਾਲੇ ਸਾਡੇ ਵੀਰ ਉਹਨਾਂ ਨੇ ਨਗਮਾ ਲਿਖਿਆ ਲੋ ਕਹਿਣ ਲੱਗੇ ਸੁਣਿਓ ਪ੍ਰੇਮ ਉਹ ਕਰਿਆ ਦਰਸ਼ਨ ਤਨ ਮਨ ਠਰਦਾ ਗਾਵੇ ਖੁਸ਼ੀਆਂ ਦੇ ਵਿੱਚ ਭਰਿਆ ਕਰਿਆ ਦਰਸ਼ਨ ਤਨ ਮਨ ਠਰਿਆ ਗਾਵੇ ਖੁਸ਼ੀਆਂ ਦੇ ਵਿੱਚ ਭਰਿਆ बड़े जाल पाए धीर मलिया ने संगत जी पर सच्चा सिद्ध सच्चा सिख कदे सिद्ध डोलदा नहीं हुंदा गुरु साहब बाहर आए एडा बड़ा इकट्ठ हो गया संगत प्रेम विच दीवानी चरना ते झुकदी है बहुत बहुमुलिया भेटावा इन्हें गुरमुख प्यारे जो इथों कले सी वह भी बेचारे उत्थे बैठे सी ਉਹਨਾਂ ਵੀ ਮਹਾਰਾਜ ਜੀ ਦੀ ਭੇਟ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋ ਕੀਤੀ ਉਹ ਸਨਮੁਖ ਧਰ ਦਿੱਤੀ ਰਸਮ ਹੋਈ ਗੁਰਿਆਈ ਦੀ ਬਾਬੇ ਮੱਖਣ ਸ਼ਾਹ ਜੀ ਨੇ ਨਾਲ ਬਹੁਤ ਹੀ ਵੱਡੀ ਚੜ੍ਹਦੀ ਕਲਾ ਦੇ ਵਿੱਚ ਮਾਨੋ ਸਾਹਿਬ ਜੀ ਦੇ ਚੁਗਿਰ ਦੇ ਅੰਗ ਰੱਖਿਅਕ ਚੜ੍ਹਦੀ ਕਲਾ ਵਾਲੇ ਗੁਰਸਿੱਖ ਬਣ ਕੇ ਸੇਵ ਨਿਭਾਈ ਐਵੇਂ ਨਹੀਂ ਅੱਜ ਵੰਸ਼ ਨੂੰ ਮਾਣ ਮਿਲਦਾ ਧੀਰ ਮੱਲ ਅਤੇ ਉਹਦਾ ਮਸੰਦ ਸ਼ੀਆਂ ਮੰਨਿਆ ਪਰ ਮੰਨਿਆ ਬਦਮਾਸ਼ ਸੀ ਸ਼ੀਆਂ
ਸ਼ੀਏ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਤੀ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੇ ਮੱਥੇ 'ਚ ਵੱਜੀ ਜਿਵੇਂ ਵੱਡੀ ਢਾਲ ਵਿੱਚ ਵੱਜ ਕੇ ਅਤਾਂ ਨਿਕਲ ਜਾਵੇ, ਮਹਾਰਾਜ ਜੀ ਦੇ ਮੱਥੇ ਮਸਤਕ ਵਿੱਚ ਭਾਲ ਵਿੱਚ ਗੋਲੀ ਵੱਜੀ ਤੇ ਇਸ ਤਰ੍ਹਾਂ ਉੱਪਰ ਨਿਕਲ ਗਈ। ਔਰ ਉਹਨਾਂ ਦੁਸ਼ਟਾਂ ਨੇ ਗੁਰੂ ਘਰ ਦਾ ਜੋ ਅਸਥਾਨ ਦਾ ਸਾਜ਼ੋ ਸਮਾਨ ਸੀ ਉਹ ਲੁੱਟ ਲਿਆ, ਲੈ ਕੇ ਲੁੱਟ ਘਸੁੱਟ ਕਰਕੇ ਕਰਤਾਰਪੁਰ ਨੂੰ ਤੁਰ ਪਏ। ਬਾਬੇ ਮੱਖਣ ਸ਼ਾਹ ਨੂੰ ਲੱਗਾ ਪਤਾ, ਉਸੇ ਵੇਲੇ ਗੁਰੂ ਕਾ ਲਾਲ ਕਰਕੇ ਸਤਿਗੁਰੂ ਜੀ ਨੂੰ ਯਾਦ ਨਾ ਝੱਲਿਆ ਗਿਆ ਉਸਦੇ ਕੋਲੋਂ। ਉਸ ਗੁਰੂ ਕੇ ਬੱਬਰ ਸ਼ੇਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਰ ਕੇ ਧਿਆਨ ਉਸੇ ਵੇਲੇ ਲੈ ਕੇ ਸ਼ੈਲ ਸ਼ਬੀਲੇ ਗੱਭਰੂਆਂ ਨੂੰ ਨਾਲ ਸੱਤ ਕਰਤਾਰ ਦੇ ਗਜਾ ਕੇ ਨਾਰੇ ਪੈਰੀ ਉੱਤੇ ਹੱਲਾ ਕਰ ਦਿੱਤਾ। ਸ਼ਾਇਰ ਕਹਿੰਦਾ, ਕਹਿੰਦਾ ਗੋਲੀ ਸ਼ੀਹੇ ਨੇ ਚਲਾਈ ਜਦੋਂ ਗੁਰਾ ਬਈ ਮੱਖਣ ਸ਼ਾਹ ਨਾ ਸਕਿਆ ਸਹਾਰਾ, ਉਹਨੇ ਇਕੱਠੇ ਕਰਕੇ ਸੂਰਮੇ ਹੱਲਾ ਬੋਲਿਆ, ਕਹਿ ਸਤ ਕਰਤਾਰ ਧਾਰ ਧਾਰ ਸੀ ਬੰਦੂਕਾਂ ਚੱਲੀਆਂ। ਸੰਗਤ ਜੀ ਉੱਥੇ ਅੱਗ ਬਰਸਣ ਯਾਰ, ਚਾਰੇ ਪਾਸੇ ਅੱਗ ਬਰਸਣੀ ਸ਼ੁਰੂ ਹੋ ਗਈ। ਓਏ ਪੂਜਾ ਖਾਣੇ ਕੱਚੇ ਪਿਲੇ ਧੀਰ ਮੱਲੀਏ, ਜਿਹੜੇ ਕਹਿੰਦੇ ਅਸੀਂ ਲੁੱਟ ਲਿਆ ਜੀ ਅਸੀਂ ਗੁਰੂ ਨੂੰ, ਓਏ ਪੂਜਾ ਖਾਣੇ ਖੜੇ ਰੋਣ ਧੀਰ ਮੱਲੀਏ ਚੱਲੇ ਜਾਣ ਨਾ ਯੋਧਾ ਨੇ ਵਾਰ। ਪਹਿਲਾਂ ਲੁੱਟੇ ਨਾਲੇ ਕੁੱਟੇ, ਉਹਦੇ ਜਿੰਨੇ ਵੀ ਧੀਰ ਮੱਲਦੇ ਆਂਗੀ ਸਾਥੀ ਜਿਹਨਾਂ ਮਾਰਦੇ ਹੱਲਾ ਬੋਲਣ ਵਾਲੇ, ਸੰਗਤ ਜੀ ਉਹਨਾਂ ਨੂੰ ਪਹਿਲਾਂ ਕੁੱਟਿਆ ਤੇ ਫੇਰ ਉਹਨਾਂ ਦਾ ਲੁੱਟਿਆ, ਦਿੱਤੇ 21 ਦੇ 41 ਤਾਰ, ਫਿਰ ਢਾ ਕੇ ਸ਼ੀਹੇ ਨੂੰ ਘਸੁੰਨ ਮੁੱਕੀ ਫੇਰਿਆ ਜਿਹਨੇ ਗੋਲੀ ਚਲਾਈ ਸੀ ਨਾ। ਇੰਨਾ ਕੁ ਗੁਰੂ ਕੇ ਉਹਨਾਂ ਲੋਹ ਬਾਣਿਆਂ ਨੇ ਇੰਨਾ ਕੁ ਘਸੁੰਨ ਫੇਰਿਆ ਨਾ, ਬੇਹੋਸ਼ ਹੋ ਗਿਆ ਵੱਡਾ ਸੂਰਮਾ ਬੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁਖ ਲੈ ਆਉਂਦਾ ਤੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹ ਵੀ ਸੀਸ ਤੇ ਸਤਿਕਾਰ ਨਾਲ। ਸੰਗਤ ਜੀ ਜੋ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਵੀ ਲੈ ਆਉਂਦਾ ਨਾਲ ਸਤਿਕਾਰ। ਪਰ ਵੇਖੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਪਈਆਂ ਧੁੰਮਾਂ ਚਾਰੇ ਪਾਸੇ ਮੋਰਾਂ ਵਾਲੀਆਂ, ਸਾਰੇ ਕਹਿਣ ਬੱਲੇ ਹੋਏ ਬਲਵਾਣਿਓ ਬਾਬੇ ਮੱਖਣ ਸ਼ਾਹ ਦੇ ਚੱਲਿਓ ਬਲਿਹਾਰ ਬਲਿਹਾਰ। ਪਰ ਸਤਿਗੁਰੂ ਜੀ ਐਸੇ ਦਿਆਲੂ, ਆ ਬਚਨ ਕਿਤਾਬਾਂ ਵਿੱਚੋਂ ਨਹੀਂ ਲੱਭਣੇ ਜਿਹੜਾ ਕਹਿਣ ਲੱਗਾ। ਮਹਾਰਾਜ ਕਹਿੰਦੇ ਮੱਖਣ ਸ਼ਾਹ ਉਹ ਪਿਆਰਿਆ, ਉਹਨਾਂ ਵੀ ਆਪਣੇ ਤੇ ਹੱਲਾ ਬੋਲਿਆ ਲੁੱਟ ਘਸੁੱਟ ਕੀਤੀ ਤੇ ਆਪਾਂ ਵੀ ਕਰ ਲਈ। ਮੱਖਣ ਸ਼ਾਹ ਜੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ, ਜਾਓ ਉਹਨੂੰ ਸਭ ਕੁਝ ਮੋੜਿਆ। ਬਾਬਾ ਜੀ ਆਉਂਦੇ ਮਹਾਰਾਜ ਉਹਨਾਂ ਦਾ ਕੀ ਹੈ, ਇਹ ਸਰੂਪ ਆਪ ਜੀ ਦਾ, ਇਹਦੇ ਸਹਾਰੇ ਤੇ ਉਹ ਆਪਣੀ ਬਿਨਾਂ ਹੀ ਮਤਲਬ ਗੱਦੀ ਚਲਾਈ ਜਾਂਦੇ ਆ। ਮਹਾਰਾਜ ਕਹਿੰਦੇ ਕੋਈ ਨਹੀਂ, ਉਹਨਾਂ ਦੀ ਦੁਕਾਨ ਚੱਲੀ ਜਾਣ ਦਿਓ, ਸਮਾਂ ਆਏਗਾ ਦਸਵੇਂ ਜਾਮੇ ਸਭ ਕੁਛ ਪ੍ਰਗਟ ਕਰ ਦਿਆਂਗੇ। ਬਾਬਾ ਜੀ ਇੰਜ ਕਰਦੇ ਹਾਂ ਆਪਾਂ ਇੱਥੋਂ ਚੱਲਣਾ ਮਹਾਰਾਜ ਦੇ ਦਰ ਨੂੰ, ਸੱਚਖੰਡ ਹਰਿਮੰਦਰ ਸਾਹਿਬ ਨੂੰ, ਅਤੇ ਆ ਬਿਆਸਾ ਇਹ ਗਵਾਹ ਹੈ, ਇਸ ਨੂੰ ਭੇਟ ਕਰ ਦਿੰਦੇ ਹਾਂ ਅਤੇ ਇੱਥੋਂ ਆ ਕੇ ਅਰਦਾਸ ਕਰਕੇ ਸੁਨੇਹਾ ਘੱਲ ਦਿਓ, ਅਰਦਾਸ ਕਰਕੇ ਇਹ ਸਾਰੀਆਂ ਵਸਤਾਂ ਲੈ ਜਾਣਗੇ। ਗੁਰੂ ਸਾਹਿਬ ਦਾ ਸਰੂਪ ਉੱਥੇ ਗੁਰਦੁਆਰਾ ਬਣਿਆ ਹੋਇਆ ਅਮਾਨਤ ਸਰ, ਬਾਬਾ ਬਕਾਲਾ ਜਥੇਬੰਦੀ, ਬਾਬਾ ਦੀਪ ਸਿੰਘ ਜੀ ਦੀ ਮਿਸਲ ਸ਼ਹੀਦਾਂ ਤਰਨਾ ਦਲ, ਅਤਿ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਉੱਥੇ ਸੇਵਾ ਨਿਭਾ ਰਹੇ ਆ। ਸੰਗਤ ਜੀ ਉੱਥੇ ਸਰੂਪ ਜਲ ਵਿੱਚ, ਗੁਰਦੁਆਰਾ ਸਾਹਿਬ ਦਰਸ਼ਨ ਕਰਿਆ ਕਰੋ ਅੰਮ੍ਰਿਤਸਰ ਸਾਹਿਬ ਜਾਂਦੇ, ਜਲ ਵਿੱਚ ਧਰ ਦਿੱਤਾ, ਸਤਿਗੁਰੂ ਜੀ ਦਾ ਇੱਕ ਵੀ ਅੰਗ ਭਿੱਜਿਆ ਨਹੀਂ। ਉਹ ਆਏ ਅਰਦਾਸ ਕਰਨ, ਮਨ ਤੇ ਨਹੀਂ ਸੀ ਉਹਨਾਂ ਦਾ ਕਰਦਾ ਵੀ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਜੀ ਦਾ ਵੀ ਨਾਂ ਲਈਏ, ਪਰ ਅੱਠਵੇਂ ਮਹਾਰਾਜ ਤਾਂ ਅਰਦਾਸ ਕਰਨ, ਨੌਵੇਂ ਪਾਤਸ਼ਾਹ ਜੀ ਦਾ ਨਾਮ ਨਾ ਲੈਣ ਤੇ ਕੁਝ ਵੀ ਦਿਸੇ ਹੀ ਨਾ। ਫਿਰ ਕਿਸੇ ਕਿਹਾ, ਓਏ ਅਕਲ ਦੇ ਅੰਨੇ ਹੋ, ਕਿੱਥੇ ਭੁੱਲੇ ਫਿਰਦੇ ਹੋ, ਉਹ ਗੁਰਿਆਈ ਦੇ ਮਾਲਕ ਨੇ, ਉਹ ਗੁਰਿਆਈ ਤੇ ਸ਼ਿਸ਼ੋਭਤ ਨੇ, ਉਹਨਾਂ ਦੇ ਪ੍ਰੇਮ ਵਿੱਚ ਉਹਨਾਂ ਨੂੰ ਯਾਦ ਕਰਕੇ ਅਰਦਾਸ ਕਰੋ। ਜਦੋਂ ਨੌਵੇਂ ਪਾਤਸ਼ਾਹ ਜੀ ਦਾ ਨਾਮ ਲਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਗਏ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਨੌਵੇਂ ਮਹਾਰਾਜ ਜੀ ਦਾ ਨਾਮ ਲੈਣ ਤੋਂ ਉਹ ਸਰੂਪ ਉਹਨਾਂ ਕੋਲ। ਖੈਰ ਦਸਵੇਂ ਮਹਾਰਾਜ ਜੀ ਨੇ ਘੱਲਿਆ ਸੀ ਬਾਬਾ ਦੀਪ ਸਿੰਘ ਹੋਰਾਂ ਨੂੰ, ਉਹਨਾਂ ਕਹਿ ਦਿੱਤਾ ਮਹਾਰਾਜ ਜਾਣੀ ਜਾਣਨੇ ਜੀ ਮੁੜ ਕੇ ਰਚ ਲਓ ਰਚਿਆ। ਸੰਗਤ ਜੀ ਆਓ ਮੈਂ ਗੱਲ ਲੰਬੀ ਨਾ ਕਰਾਂ ਆ ਇਸ ਘਰ ਦੀ, ਕਿਉਂਕਿ ਸਮਾਂ ਰਫਤਾਰ ਨਾਲ ਜਾ ਰਿਹਾ, ਭਾਈ ਸਾਹਿਬ ਹੋਰਾਂ ਕੀਰਤਨ ਵੀ ਕਰਨਾ। ਉਂਝ ਜੀ ਤਰਨਮ 'ਚ ਕਹਿ ਦਿੰਦੇ ਦੋ ਕੁ ਲਈਨਾ ਮੇਰੇ ਵੀਰ ਬਾਬਾ ਲੱਖੀ ਸ਼ਾਹ ਜੀ ਬਾਰੇ, ਪਰ ਬਾਬਾ ਮੱਖਣ ਸ਼ਾਹ ਜੀ ਰੁਕੇ ਨਹੀਂ, ਨਾਲ ਹੀ ਰਹੇ ਅੰਮ੍ਰਿਤਸਰ ਸਾਹਿਬ ਗਏ।
ਮਸੰਦਾਂ ਦਰਵਾਜ਼ੇ ਬੰਦ ਕੀਤੇ ਬਾਬਾ ਜੀਆਂ ਦੇ ਮਸੰਦੋ ਓ ਪੁਜਾਰੀਓ ਗੁਰੂ ਦਾ ਹੁਕਮ ਨਹੀਂ ਨਹੀਂ ਤਾਂ ਦਰਵਾਜ਼ੇ ਤੇ ਮੈਨੂੰ ਖਲਾਉਣੇ ਆਉਂਦੇ ਸੀ ਤੁਸੀਂ ਨੱਕ ਰਗੜ ਰਗੜ ਕੇ ਖੋਲਦੇ ਪਰ ਮਹਾਰਾਜ ਕਹਿੰਦੇ ਨਹੀਂ ਖਲਵਾਉਣੇ ਜੇ ਸੰਗਤ ਜੀ ਲਾਹਣ ਤਾਂ ਪਾ ਕੇ ਬਾਬਾ ਜੀ ਉੱਥੋਂ ਤੁਰ ਪਏ ਔਰ ਸਾਰੇ ਸੇਵਕ ਆਸੇ ਪਾਸੇ ਚੋਂ ਗਿਰਦੇ ਸਮਰਪਿਤ ਹੋ ਗਏ ਉਹ ਫਿਰ ਇਸ ਘਰ ਨਾਲ ਸਾਂਝ ਪੈ ਗਈ ਤੇ ਬਾਬਾ ਲੱਖੀ ਸ਼ਾਹ ਲਾਲ ਕਿਲੇ ਵਿੱਚ ਰਸਤ ਦੇ ਕੇ ਆ ਰਿਹਾ ਸੀ ਸਰਕਾਰ ਨਾਲ ਬਹੁਤ ਵੱਡੀ ਸਾਂਝ ਸਰਕਾਰੇ ਦਰਬਾਰੇ ਰਾਸ਼ਨ ਪਹੁੰਚਾਉਂਦੇ ਬਾਬਾ ਲੱਖੀ ਸ਼ਾਹ ਜੀ ਮੁੜ ਕੇ ਆਏ ਆਪ ਬੱਗੀ ਤੇ ਸਵਾਰ ਸਨ ਤੇ ਗੱਡੇ ਇਹਨਾਂ ਦੇ ਵੀ ਹਜ਼ਾਰਾਂ ਕਈਆਂ ਉੱਤੇ ਲੂਣ ਆ ਮੁੱਕ ਦੀ ਗੱਲ ਜਿਹੜੀ ਬੱਗੀ ਏ ਨਾਲ ਨਗਾਈਆ ਬਾਬਾ ਜੀ ਦਾ ਪੁੱਤਰ ਏ ਲੱਖੀ ਸ਼ਾਹ ਤੇ ਨਗਾਈਆ ਸ਼ਾਹ ਉਹ ਬਾਬਾ ਨਗਾਈਆ ਸ਼ਾਹ ਨਾਲ ਪਿਤਾ ਜੀ ਕੀ ਕਰੀਏ ਆਂਦੇ ਪੁੱਤਰਾ ਆਪਾਂ ਸੇਵਲ ਕਮਾਉਣੀ ਆ ਦੁਸ਼ਟ ਔਰੰਗਜ਼ੇਬ ਕੜਕ ਕੇ ਬੋਲਿਆ ਹੋਇਆ ਗੁਰੂ ਦੇ ਸੀਸ ਧੜ ਲਾਗੇ ਨੀ ਕੋਈ ਆ ਸਕਦਾ ਜੇ ਕੋਈ ਆਵੇਗਾ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿਆਂਗਾ ਬੱਚੜਿਆ ਆ ਗੁਰੂ ਦੀ ਸੇਵਾ ਲੁੱਟੀਏ ਰੂੰ ਭੱਜ ਕੇ ਲਿਆਂਦਾ ਬੱਗੀ 'ਚ ਮਹਾਰਾਜ ਦਾ ਧੜ ਸਿਰ ਤਲੀ ਤੇ ਧਰ ਕੇ ਸੰਗਤ ਜੀ ਉਸ ਧੜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੈ ਕੇ ਇਸ ਅਸਥਾਨ ਤੇ ਆਪਣੇ ਘਰ ਆਏ ਪਿੱਛਿਓਂ ਪਤਾ ਸੀ ਚਾਰੇ ਪਾਸੇ ਹਰਲ ਹਰ ਕਰਦੀ ਫੌਜ ਪੁਲਿਸ ਫਿਰਦੀ ਆ ਜਿਹੜੇ ਉਸ ਵੇਲੇ ਸੀ ਆਈ ਡੀ ਵਾਲੇ ਹੋਣਗੇ ਉਹ ਆ ਜਾਣਗੇ ਬੱਚਿਆ ਕੀ ਕਰੀਏ ਬਾਹਰ ਆਪਾਂ ਮਹਾਰਾਜ ਜੀ ਦਾ ਸੰਸਕਾਰ ਕਰਦੇ ਲੋਕ ਪੁੱਛਣਗੇ ਹੁਣ ਕੀ ਕਰੀਏ ਸਾਰਿਆਂ ਪਤਾ ਕੀ ਆਖਿਆ ਪਿਤਾ ਜੀ ਸੱਚੇ ਪਾਤਸ਼ਾਹ ਜੀ ਸਾਡੇ ਘਰ ਆਏ ਨੇ ਇਹ ਘਰ ਹੁਣ ਸਾਡਾ ਨਹੀਂ ਇਹ ਸੱਚੇ ਪਾਤਸ਼ਾਹ ਦਾ ਹੀ ਉਹਨਾਂ ਨੂੰ ਭੇਟ ਕਰ ਦਈਏ ਸੰਗਤ ਜੀ ਭੇਂਟ ਕਿਸ ਤਰ੍ਹਾਂ ਕੀਤਾ ਅਗਨ ਭੇਂਟ ਸੇਵਾ ਬਹੁਤ ਕਰਦੀ ਹੈ ਸੰਗਤ ਅੱਜ ਵੀ ਬਹੁਤ ਵੱਡੇ ਵੱਡੇ ਦਾਨੀ ਨੇ ਓਏ ਪਰ ਐਸੇ ਸ਼ਾਹਾਂ ਦੇ ਸ਼ਾਹ ਸ਼ਹਿਨਸ਼ਾਹ ਦੋ ਆਲਮ ਉਸ ਦੀ ਸੇਵਾ ਕਰਨ ਵਾਲੇ ਇਹ ਦੋ ਸ਼ਾਹ ਸਦਾ ਵਾਸਤੇ ਅਮਰ ਨੇ ਸਦਾ ਹੀ ਅਮਰ ਰਹਿਣਗੇ ਘਰ ਦੇ ਅੰਦਰ ਕੀਮਤੀ ਲੱਕੜਾਂ ਇੱਥੋਂ ਤੇ ਚੰਦਨ ਬਹੁਤ ਅਮੀਰ ਸੀ ਆਪਣੇ ਘਰ ਦੇ ਦਰਵਾਜ਼ੇ ਤਾਕੀਆਂ ਇੱਧਰ ਉੱਧਰ ਜੋ ਕੀਮਤੀ ਲੱਕੜ ਸੀ ਉਹ ਪਾੜ ਲਈ ਉਹ ਲਾ ਲਏ ਤੇ ਅੰਦਰ ਹੀ ਚਿਖਾ ਬਣਾ ਕੇ ਨਾਲੇ ਧੜ ਦਾ ਸੰਸਕਾਰ ਕਰਦਾ ਤੇ ਨਾਲੇ ਤਾਂ ਹੀ ਮਰਦਾ ਸੰਗਤ ਜੀ ਕਿਸ ਤਰ੍ਹਾਂ ਦਾ ਦ੍ਰਿਸ਼ ਲਵਾ ਕਹਿ ਕੇ ਸਮਾਪਤੀ ਫਿਰ ਉਹ ਧੜ ਕੇ ਸੀਸ ਤਲੀ ਤੇ ਚੁੱਕਿਆ ਧੜ ਸਤਿਗੁਰ ਦਾ ਪਿਆਰਾ ਧੜ ਕੇ ਸੀਸ ਤਲੀ ਤੇ ਚੁੱਕਿਆ ਧੜ ਸਤਿਗੁਰ ਦਾ ਪਿਆਰਾ ਲੱਖਾਂ ਵਿੱਚੋਂ ਇੱਕ ਨਿਤਰਿਆ ਲੱਖੀ ਸ਼ਾਹ ਬੰਜਾਰਾ ਹੋ ਲੱਖਾਂ ਵਿੱਚੋਂ ਇੱਕ ਨਿਤਰਿਆ ਲੱਖੀ ਸ਼ਾਹ ਬੰਜਾਰਾ ਦੇਖ ਭਿਆਨਕ ਅਜ਼ਬ ਨਜ਼ਾਰਾ ਦਹਿਲ ਗਈ ਜਦ ਦਿੱਲੀ ਰੁਕ ਚੱਲੇ ਸਾ ਵਗਦੇ ਵਗਦੇ ਹਰ ਇੱਕ ਹੋਈ ਗਿੱਲੀ ਰੁਕ ਚੱਲੇ ਸਾ ਵਗਦੇ ਵਗਦੇ ਹਰ ਅੱਖ ਹੋਈ ਗਿੱਲੀ ਸਿਰ ਚੁੱਕੇ ਨਾ ਕੋਈ ਮੁਗਲੀਆ ਮਾਰ ਤੋਂ ਡਰਦਾ ਮਾਰਾ ਹੈ ਲੱਖਾਂ ਵਿੱਚੋਂ ਇੱਕ ਨਿਤਰਿਆ ਲੱਖੀ ਸ਼ਾਹ ਬਣਜਾਰਾ ਹੈ ਲੱਖਾਂ ਵਿੱਚੋਂ ਇੱਕ ਨਿਤਰਿਆ ਲੱਖੀ ਸ਼ਾਹ ਬਣਜਾਰਾ ਖਿੜ ਰੱਖਣ ਲਈ ਫੁੱਲ ਧਰਮ ਦੇ ਗਿਆ ਦਰੜ ਦਾ ਕੰਡੇ ਕੀਨੇ ਗੱਡਣੇ ਗੱਡੇ ਵਾਲਾ ਗੱਡ ਗਿਆ ਜੋ ਝੰਡੇ ਕੀਨੇ ਗੱਡਣੇ ਗੱਡੇ ਵਾਲਾ ਗੱਡ ਗਿਆ ਜੋ ਝੰਡੇ ਪੁੱਤ ਬਣ ਜਾ ਰਹੇ ਉੱਤੇ ਮਾਣ ਕੌਮ ਨੂੰ ਭਾਰਾ ਲੱਖਾਂ ਵਿੱਚੋਂ ਇੱਕ ਨਿਤਰਿਆ ਲੱਖੀ ਸ਼ਾਹ ਬਣ ਜਾ ਰਹਾ ਲੱਖਾਂ ਵਿੱਚੋਂ ਇੱਕ ਨਿਤਰਿਆ ਲੱਖੀ ਸ਼ਾਹ ਬਣ ਜਾ ਰਹਾ ਜੀਤ ਚਾਂਦਨੀ ਚੌਂਕ ਦਾ ਸੁਣੀਏ ਸਾਕਾ ਜਦੋਂ ਸ਼ਹੀਦੀ ਇੱਕ
रूप चल के मेरी अते मरीदी एक विलखण रूप चल के मेरी अते मरीदी हर मन सूबे अपने हर मन सूबे दे विच फेल होया हथियारा लखां विचों एक नित्रिया लखी छावण जारा तरके सीस तली ते चुकिया तर सतगुर दा प्यारा तरके सीस तली ते चुकिया तर सतगुर दा प्यारा जीत चांदनी चौक दा सुनिए साका जदों एक बलखण रूप झलकदा पीरी अते मुरीदी पीरी पीर ते मुरीद दी गाथा अखा गया जाती है पीर पीरा ने पीर धन गुरु तेग बहादुर साहब ते मुरीद बाबा लखी छावण जारा जी संगत जी लोग आउण लग गए सवेरे लखी शाह बड़ा नुकसान हो गया लखी शाह तेरा घर सड़ गया की सड़ गया अंदर बाबे लखी शाह जी दी तह निकल गई कहिंदे पंडित जी कुछ दिन पहला तुसी गीता बख्शी सी ना मैनू पंडित जी तुसी कुछ समा पहला मैनू कुरान दित्ती सी ना मौलवी साहब ने इंज सुन लो जो कुछ सी सब कुछ सड़ गया मेरा घर सड़ गया कहिंदे ओ मेरा मकान सड़ गया ओ सुन लो सारे ओए हिंद दे वासी ओए मेरे पादा ते हिंदुस्तान सड़ गया सब कुछ सड़ गया समा नहीं संगत जी ऐसे सिद्धकी गुरसिख उन्हां नूं असे कदे भी ना भुलीए बहुत बड़ा उपराला दिल्ली गुरद्वारा कमेटी जिन्हां ने नवीं पैड़ां कीतियां आओ दिल्ली दे लाल किले उते महाराज जी दा जस होया दुनिया दे विच संसार ने सारे ने सुनिया कुतुब मीनार उस कुतुब मीनार दा कद बौना हो गया जदों उत्थे जाके इस नूं दिल्ली नूं बचाउण वालियां दा इतिहास सुनाया बड़ियां कुर्बानियां देण वाले बाबा बंदा सिंह जी ते नाल दे शहीदां दी दास्तान छिड़ी संगत जी इत्थे ही बस नहीं इस दिल्ली कमेटी ने हमेशा ही अच्छे कार्य किए ने गुरु साहब कृपा करन इन्हां गुरु के लाला नूं एक इतफाक चढ़दियां कला बख्शन तां के काम नूं इतिहास गुरबाणी गुरमत इस तो जाणू करवाउंदे रहन विद्वान पुरश ने मनजीत सिंह जी जी के इतिहास गुरबाणी बहुत अच्छा ज्ञान इदां ही जथेदार परमजीत सिंह जी राणा चेयरमैन धर्म प्रचार कमेटी महाराज की बड़ी कृपा सिरसा जी पिंकी जी बैठे आ समा नहीं मैं सब का वारे वार जिक्र करा आओ खालसा जी जेड़े चल के आए हो मास्टर जी रघुवीर सिंह जी सुभानपुरिए तुहानू तुहाडी कुर्बानी नू प्यार नू मुहब्बत नू प्रणाम करते हैं ते जिन्ने बैठे हो और इतों के प्रबंधक सब की चढ़ती कला लई शहीदां दे चरना जकारा गाउने आ ते फिर आओ फतेह बुलाउण लगे हाँ खालसा जी लंबा प्रोग्राम सी यतन कीता बिल्कुल हले नाली सुनाइए आप जी ने प्यार बख्शिया कोटान कोट धन्यवाद सारा वर्ल्ड वेख रहा सारा संसार वेखदा बाबा जोगा सिंह जी करनाल वाले सेवक सिख प्यार बख्शते ने और बाबा बलबीर सिंह जी 96 करोड़ वह भी वेख रहे बाबा जी अवतार सिंह जी विधि चंदिए बाबा जी बाबे विधि चंदिए और इतने बकाले वाले हरिया बेलों वाले सब वेख रहे उन्होंने सारिया वालों तुहाडी सब की चढ़ती कला ली अज कारा गजाउणे समाप्ति लगे जी करन गज गज कारा गजावे निहाल हो जावे सत श्री अकाल गुरवरी अकाल चिट्टियां बाजा वालियो सतगुरु रख लियो बिरद बाणे दी लाज चित्तो गुप्त शहीदो सिंगो सरबत गुरु खालसा सिंह साहिब जी को सत श्री अकाल बोले मारा
करे खालसा जी के बोल वाले होन लागते दीवान रहे गावते सुजान रहे ओ जी झूल ते निशान रहे पंथ महाराज के साउंड वाले वीडियो वाले मीडिया वाले सब दा धन्यवाद सब नौजवानों दा धन्यवाद वाहिगुरु जी का खालसा वाहिगुरु जी की फतेह।